जस टीवी देख रहे हो तुसीं, मैं केपी सिंह तुहाडा स्वागत करता हाँ। विंग कमांडर अभिनंदन की वतन वापसी हो चुकी है तो इस पर भारत बहुत खुश हैगा। भारत को खुश होना भी चाहिए विंग कमांडर अभिनंदन की कामयाबी ते भारत की कूटनीतिक कामयाबी ते सारी चीज़ों खुश होना बनता हैगा। पर इस खुश होने के बचाले कि असी अभिनंदन के मुद्दे तो बाद जो सा फोकस सेगा उस तो पासे तो नहीं हट गए। सानू इस भी सोचना लाजमी हैगा कि अभिनंदन तक साडा फोकस सीमित तो नहीं रह गया है। अभिनंदन तो अगे असी की सोचते हैं क्योंकि साडा फोकस तो दहशतगर्द का खात्मा करना, जैश ए मुहम्मद, हिजबुल मुजाहिदीन ते होर जो लश्कर ए तौयबा वर्गे वड्डे वड्डे दहशतगर्द जथेबंदियां हैगियां उन्हां दा खात्मा करना हैगा। तो साडा सवाल इक्को ही रहेगा अभिनंदन तो अगे की। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ ਕਿ ਦਹਿਸ਼ਤਗਰਦੀ ਦੇ ਖਾਤਮੇ ਲਈ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਰਣਨੀਤੀ ਕਾਮਯਾਬ ਹੋਵੇਗੀ। ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ, ਚਰਚਾ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਮੁਹੰਮਦ ਖਾਲਿਦ, ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਖਾਲਿਦ ਸਾਹਿਬ ਦਾ ਲੰਬਾ ਤਜਰਬਾ ਹੈਗਾ, ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜੀ ਕੂਟਨੀਤਿਕ ਰਵਾਇਤ ਚੱਲੀ ਆ ਰਹੀ ਹੈਗੀ ਆ, ਜਿਸ ਨੂੰ ਕਾਮਯਾਬੀ ਕਦੇ ਮਿਲਦੀ ਹੈ ਅਤੇ ਕਦੇ ਫੇਲ ਹੋ ਜਾਂਦੀ ਹੈ, ਉਸ ਬਾਰੇ ਚੰਗੀ ਤਰ੍ਹਾਂ ਜਾਣਦੇ ਮੁਹੰਮਦ ਖਾਲਿਦ। ਇਹਨਾਂ ਨੇ ਬੜੇ ਵਿਦਿਆਰਥੀ ਵੀ ਤਿਆਰ ਕੀਤੇ ਹੈਗੇ ਆ ਜਿਹੜੀ ਕੌਮਾਂਤਰੀ ਸਾਂਝਾਂ ਅਤੇ ਕਿਸ ਤਰੀਕੇ ਨਾਲ ਰਣਨੀਤੀ ਅਤੇ ਕੂਟਨੀਤੀ ਤਿਆਰ ਹੁੰਦੀ। ਮੁਹੰਮਦ ਖਾਲਿਦ, ਤੁਹਾਡਾ ਬਹੁਤ ਸਵਾਗਤ ਆ। ਲੈਫਟੀਨੈਂਟ ਜਨਰਲ ਜੇ ਐਸ ਚੀਮਾ ਸਾਹਿਬ ਡਿਫੈਂਸ ਐਕਸਪਰਟ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣ ਕੇ ਇਹ ਸਿੱਖ ਰੈਜੀਮੈਂਟ ਨਾਲ ਤਾਲੁਕ ਰੱਖਦੇ ਆ, ਲੰਬਾ ਸਮਾਂ ਇਹਨਾਂ ਨੇ ਸਰਹੱਦ 'ਤੇ ਸੇਵਾ ਕੀਤੀ ਹੈਗੀ ਆ। ਚੀਮਾ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਕੂਟਨੀਤੀ ਦਾ ਸਾਨੂੰ ਕੀ ਫਾਇਦਾ ਹੋਵੇਗਾ, ਇਸ ਤੋਂ ਅੱਗੇ ਅਸੀਂ ਕੀ ਸੋਚਦੇ ਹਾਂ। ਚੀਮਾ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਕਰਨਲ ਵਿਪਨ ਪਾਠਕ, ਇਹ ਵੀ ਡਿਫੈਂਸ ਐਕਸਪਰਟ ਦੇ ਤੌਰ 'ਤੇ ਸਾਡੇ ਮੌਜੂਦ ਰਹਿਣ ਕੇ ਇਹ ਮਿਲਟਰੀ ਇੰਟੈਲੀਜੈਂਸ ਦੇ ਵਿੱਚ ਰਹੇ ਆ ਲੰਬਾ ਸਮਾਂ, ਇਹਨਾਂ ਲੰਬਾ ਤਜਰਬਾ ਹੈਗਾ ਅਤੇ ਇੰਟੈਲੀਜੈਂਸ ਨੂੰ ਚੰਗੀ ਤਰ੍ਹਾਂ ਸਮਝਦੇ ਆ। ਜਦੋਂ ਇੰਟੈਲੀਜੈਂਸ ਦੱਸਦੀ ਹੈਗੀ ਹੈ ਕਿ ਸਾਡੇ 'ਤੇ ਅਟੈਕ ਹੋ ਸਕਦਾ, ਉਦੋਂ ਇੰਟੈਲੀਜੈਂਸ ਕਰਦੀ ਕੀ ਹੈਗੀ ਹੈ ਅਤੇ ਸਾਡੀ ਇੰਟੈਲੀਜੈਂਸ ਕਿੱਥੇ ਪਾਸ ਹੁੰਦੀ, ਕਿੱਥੇ ਫੇਲ ਹੁੰਦੀ ਹੈ, ਕਰਨਲ ਵਿਪਨ ਪਾਠਕ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਾਠਕ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ, ਇਹ ਵੀ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ। ਪ੍ਰੋਫੈਸਰ ਮਨਜੀਤ ਸਿੰਘ, ਜਿੱਥੇ ਭਾਰਤ ਦੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਆ, ਉੱਥੇ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਆ, ਇਸ ਲਈ ਉਹਨਾਂ ਨੂੰ ਸੱਦਿਆ। ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਮੁਹੰਮਦ ਖਾਲਿਦ ਤੁਹਾਨੂੰ ਪੁੱਛਣਾ ਚਾਹੂੰਗਾ। ਮੁਹੰਮਦ ਖਾਲਿਦ ਜੀ, ਅਭਿਨੰਦਨ ਤੋਂ ਅੱਗੇ ਕੀ ਹੈਗਾ? ਅਭਿਨੰਦਨ ਤੋਂ ਅੱਗੇ ਅਸੀਂ ਸੋਚ ਰਹੇ ਹਾਂ ਜਾਂ ਅਭਿਨੰਦਨ ਤੱਕ ਅਸੀਂ ਸੀਮਤ ਹੋ ਕੇ ਰਹਿ ਗਏ ਹੈਗੇ? ਦੇਖੋ, ਇੱਦਾਂ ਅਭਿਨੰਦਨ ਜਿਹੜਾ ਹੈਗਾ ਉਹ ਇੱਕ ਕੌਮੇ ਦੇ ਰੂਪ ਵਿੱਚ ਦੇਖੀਏ, ਫੁੱਲ ਸਟਾਪ ਨਹੀਂ ਹੈ। ਕਿਉਂਕਿ ਜਿਸ ਚੀਜ਼ ਨੂੰ ਲੈ ਕੇ ਇਹ ਸਾਰੀ ਐਸਕਲੇਸ਼ਨ ਹੋਈ ਸੀਗੀ ਔਰ ਜਿਸ ਦੀ ਵਜ੍ਹਾ ਕਰਕੇ ਹੋਈ ਸੀਗੀ, ਉਹਨੂੰ ਆਪਾਂ ਖੋਲ੍ਹੇ ਨਹੀਂ ਕਰ ਸਕਦੇ। ਦੋ ਇਹਦੇ ਵਿੱਚ ਇਸ਼ੂਜ਼ ਹੈਗੇ ਆ ਜਿਹੜੇ ਕਿ ਬੜੇ ਇੰਪੋਰਟੈਂਟ ਹੈ। ਪਹਿਲਾ ਇਸ਼ੂ ਤਾਂ ਇਹ ਹੈਗਾ ਕਿ ਟੈਰੋਰਿਜ਼ਮ ਦੇ ਖਿਲਾਫ ਅਗਰ ਲੜਾਈ ਹੈ ਔਰ ਉਹ ਲੜਾਈ ਸਿਰਫ ਇੰਡੀਆ ਹੀ ਕਿਉਂ ਲੜੇ, ਜਦ ਪਾਕਿਸਤਾਨ ਇਹ ਕਹਿ ਰਿਹਾ ਕਿ ਅਸੀਂ ਵੀ ਬਹੁਤ ਜ਼ਿਆਦਾ ਸਫਰਰ ਹਾਂ, ਤਾਂ ਕਿਉਂ ਨਾ ਇਹ ਲੜਾਈ ਜੁਆਇੰਟਲੀ ਲੜੀ ਜਾਵੇ? ਅਗਰ ਇਸ ਚੀਜ਼ ਦੀ ਸੰਭਾਵਨਾ ਬਣਦੀ ਹੈ, ਇਹਦੇ ਨਾਲੋਂ ਆਈਡੀਅਲ ਸਿਚੁਏਸ਼ਨ ਕੋਈ ਹੋ ਨਹੀਂ ਸਕਦੀ। ਦੂਸਰੀ ਚੀਜ਼ ਦੂਸਰੀ ਚੀਜ਼ ਜਿਹੜੀ ਹੈਗੀ ਹੈ ਕਸ਼ਮੀਰ ਦਾ, ਇਹ ਜਿਹੜਾ ਇਸ਼ੂ ਹੈ ਮੈਂ ਇਹਨੂੰ ਅੱਜ ਵੀ ਇੱਕ ਪੋਲੀਟੀਕਲ ਇਸ਼ੂ ਮੰਨ ਕੇ ਚੱਲ ਰਿਹਾ। ਔਰ ਜਦ ਤੱਕ ਕਸ਼ਮੀਰ ਦੇ ਵਿੱਚ ਡਾਇਲੋਗ ਨਹੀਂ ਸ਼ੁਰੂ ਹੋਏਗਾ, ਸਾਰੇ ਸਟੇਕ ਹੋਲਡਰਸ ਦੇ ਨਾਲ ਗੱਲਬਾਤ ਇੰਟਰਨਲੀ ਨਹੀਂ ਹੋਗੀ, ਆਪਣੇ ਬੰਦੇ ਨਾਲ, ਆਪਣੇ ਸ਼ਹਿਰੀਆਂ ਨਾਲ, ਆਪਣੇ ਨਾਗਰਿਕਾਂ ਦੇ ਨਾਲ, ਜਿਹੜੀ ਇੱਕ ਏਲੀਨੇਸ਼ਨ ਉੱਥੇ ਬਹੁਤ ਵੱਡੀ ਕ੍ਰੀਏਟ ਹੋਈ ਹੈ, ਉਸ ਏਲੀਨੇਸ਼ਨ ਨੂੰ ਜਦ ਤੱਕ ਆਪਾਂ ਨੂੰ ਠੱਲ ਨਹੀਂ ਪਾਵਾਂਗੇ, ਉਸ ਵੇਲੇ ਤੱਕ ਆਪਣਾ ਇੰਟਰਨਲ ਜਿਹੜਾ ਪੈਦਾ ਹੋ ਰਿਹਾ ਬੱਚਾ ਔਰ ਟੈਰੋਰਿਜ਼ਮ ਵੱਧ ਜਾ ਰਿਹਾ ਔਰ ਉਹ ਬੌਂਬਰ ਬਣ ਰਿਹਾ, ਉਸ ਚੀਜ਼ ਨੂੰ ਰੋਕਣ ਵਾਸਤੇ। ਦੇਖੋ, ਬਿਲਕੁਲ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕਸ਼ਮੀਰ ਮੁੱਦਾ ਜਿਹੜਾ ਹੈਗਾ, ਤਾਂ ਦੇਖੋ ਜਿਸ ਵੇਲੇ ਪਾਕਿਸਤਾਨ ਦੇ ਪਾਰਲੀਮੈਂਟ ਦੇ ਵਿੱਚ ਇਮਰਾਨ ਖਾਨ ਨੇ ਗੱਲ ਕੀਤੀ ਹੈ, ਉਸ ਵੇਲੇ ਵੀ ਉਹ ਕਸ਼ਮੀਰ ਨਹੀਂ ਭੁੱਲੇ, ਉਹਨਾਂ ਨੇ ਕਸ਼ਮੀਰ ਦਾ ਮੁੱਦਾ ਉਸ ਵੇਲੇ ਵੀ ਚੱਕਿਆ ਕਿ ਅਸੀਂ ਉਹਨਾਂ ਨੂੰ ਫਿਰ ਦਹਿਸ਼ਤਗਰਦੀ ਮੁੱਦਾ ਉਹਨਾਂ ਨੇ ਬਹੁਤ ਘੱਟ ਚੱਕਿਆ। ਫਿਰ ਮੁਹੰਮਦ ਖਾਲਿਦ ਦਾ ਮਤਲਬ ਉਹਨਾਂ ਦੀ ਸੋਚ ਨਹੀਂ ਹੈਗੀ? ਨਹੀਂ, ਮੈਂ ਤੁਹਾਨੂੰ ਦੱਸਦਾ ਨਾ, ਕਿਉਂਕਿ ਇਮਰਾਨ ਖਾਨ ਦੀ ਪੂਰੀ ਸਪੀਚ ਜੇ ਤੁਸੀਂ ਸੁਣੀ ਹੈ ਮੁਹੰਮਦ ਖਾਲਿਦ, ਮੈਂ ਇਮਰਾਨ ਖਾਨ, ਉਹਨਾਂ ਨੇ ਇੱਕ ਸਿੰਪਲ ਸ਼ਬਦ ਬੋਲਿਆ, ਦਹਿਸ਼ਤਗਰਦੀ ਲਈ ਸਾਡੀ ਜ਼ਮੀਨ ਅਸੀਂ ਨਹੀਂ ਵਰਤਣ ਦੇਵਾਂਗੇ, ਮੈਂ ਪਹਿਲਾਂ ਹੀ ਕਹਿ ਚੁੱਕਿਆ। ਉਹਨਾਂ ਨੇ ਇਸ ਤੋਂ ਅੱਗੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕਸ਼ਮੀਰ ਦੀ ਵੀ ਗੱਲ ਕੀਤੀ। ਹਾਂ, ਕੀਤੀ ਕਸ਼ਮੀਰ ਦੀ ਗੱਲ, ਉਹਨਾਂ ਨੇ ਕਸ਼ਮੀਰ ਦੀ ਵੀ ਗੱਲ ਕੀਤੀ। ਉਹਨਾਂ ਨੇ ਇਹ ਵੀ ਗੱਲ ਕੀਤੀ ਹੈਗੀ ਹੈ ਕਿ ਇਹ ਇੱਕ ਗੁੱਡਵਿਲ ਜੈਸਚਰ ਹੈ ਜਿਹੜਾ ਕਿਸੇ ਦੇ ਰਹੇ ਹਾਂ। ਹੁਣ ਸਵਾਲ ਇਹ ਹੈਗਾ ਕਿ ਕਿਆ ਇਮਰਾਨ ਖਾਨ ਜੋ ਗੱਲ ਕਰ ਰਹੇ ਹੈ ਉਹ ਕਥਨੀ ਕਰਨੀ ਸੇਮ ਹੈ, ਕਿਆ ਆਰਮੀ ਜਿਹੜੀ ਹੈਗੀ ਹੈ ਉਸ ਚੀਜ਼ ਨੂੰ ਲਾਗੂ ਹੋਣ ਦੇਗੀ ਜਾਂ ਨਹੀਂ ਲਾਗੂ ਹੋਣ ਦੇਗੀ? ਠੀਕ ਹੈ, ਮੈਂ ਇਸ ਸਵਾਲ ਤੋਂ ਵਾਪਸ ਆਊਂਗਾ। ਪ੍ਰੋਫੈਸਰ ਮਨਜੀਤ ਸਿੰਘ, ਇਹ ਗੁੱਡਵਿਲ ਜੈਸਚਰ ਦੇ ਤੌਰ 'ਤੇ ਦੇਖਿਆ ਜਾਵੇ, ਇਮਰਾਨ ਖਾਨ ਦੀ ਤਾਰੀਫ ਕਰਨੀ ਬਣਦੀ ਹੈ? ਇਹ ਦੇਖੋ, ਬਹੁਤ ਸਾਰੀਆਂ ਇੰਟਰਪ੍ਰੀਟੇਸ਼ਨ ਇੱਥੇ ਹੈਗੀਆਂ ਆ ਸਾਡੇ ਦੇਸ਼ ਵਿੱਚ, ਤਾਂ ਇਸ ਗੱਲ ਨੂੰ
कोई भी बर्दाश्त करने लिए भी तैयार, कोई का मतलब जिहड़ा वड्डा जिस तरह मीडिया जिवें प्रचार कर रहा जां खासकर जिहड़े आ इलैक्शन दे विच कुद्दे होए आ खासकर जिहड़े रूलिंग जे चंगा काम कीता वेलकम करना चाहिए है बिल्कुल। तो वह पर जे जनेवा कन्वेंशन की असं गल करते हैं उन्होंने बंधे हुए थे उस बंधन के बावजूद ही इमरान खान ने जिहड़ा बोलिया है उसका वेलकम करना बंद है कई कुछ बिल्कुल नहीं वेलकम तो साडा बिल्कुल सानू करना ही चाहिए पर इस तरीके ने लिया नहीं जा रहा मैनू इस गल का क्यों नहीं लिया जा रहा यही समझ नहीं मैं क्या जा रहा कि जिवें कि इन्हां दी बहुत वड्डी विक्टरी भंगड़े पाए जा रहे ढोल बजाए जा रहे सवाल यह है कि सानू दोवां देशां नू एक शांतमई माहौल क्रिएट करना चाहिए साढ़े इधर चोणां आईआं वो लड़ाई नू अफोर्ड नहीं कर सकते ना असीं कर सकते हैं दोवां देशां दे विच इन्नी गुरबत आ इन्नी अनपढ़ता हैगी आ अजे भी 70 सालां बाद साडा वो प्रायोरिटी आ कि साडा लड़ाई प्रायोरिटी है ईगो फिर सानू केड़ी ईगो आ सानू पिछे हटण नू मजबूर ईगो ये नहीं है ईगो कुछ भी नहीं है चोणां आ बस साफ तौर दे उत्ते चोणां आ कल येदियुरप्पा ने जिहड़ा बीजेपी दा कर्नाटका वाले उहदे साथ कहता भाषा बोल रहे हो समरजीत सिंह असीं तां विरोधी पार्टी दी भाषा बोल रहे हो तुहाडे बारे वी सवाल उठ जूगा उठी जान दियो पर वो कहंदे इस वक्त देश नु यूनाइट होने की जरूरत है केपी सिंह असी बिल्कुल नाल आ किसी किस्म दा असी विरोध तां नहीं कर रहे पए यार येदियुरप्पा ने जेड़ा कल कहा कि हुण असी 22 सीटां जित जांगे ये तो उन्होंने आप ही लोगों के विच कह दिता कि साडा पर्पज चोणां दे नाल सीगा साडा पर्पज टैररिज्म दे विरुद्ध नहीं सीगा इस करके इस किस्म का माहौल जिहड़ा आ वो एक जिंगोइज्म का माहौल पैदा करना मैनू लगता साडे दोवां देशां दे हक च नहीं है ठीक है बस वैलिड पॉइंट है तुहाडा पॉइंट आ चुका करना विपन पाठ इंटैलीजेंस की कहती है फौज की इंटैलीजेंस की कहती है कि साढ़े अटैक होना सीगा तो सानू समझ नहीं आई अटैक हो क्यों गया हुण इंटैलीजेंस की कहती है फौज की इंटैलीजेंस हुण की कहती है कि कित्थे कित्थे टिकाने हैगे जिन्हां नू सानू नेस्तनाबूत करना चाहिए तबाह करना चाहिए कौमांतरी पद्धर से मदद लैके। देखिए पहली बात तो है इस समय मैं दिसंबर 2018 की बात कर सकता हूँ जबकि कहा जाता था कि इनके 17 ट्रेनिंग कैंप्स हैं और 23 लॉन्च पैड्स हैं मगर इस समय जब का हमारा जो अटैक हुआ बालाकोट में अगर आप सोचते हो कि उधर कोई मैन पावर या कोई मिलिटेंट मिलेगा कुछ नहीं मिलेगा वो पहले भी पाकिस्तान जब ऐसे कोई बात होता था वो खाली कर देता था फियरिंग रिप्राइसल फ्रॉम इंडियन फोर्सेस। तो अभी जितने भी कार्डर होंगे मोस्ट ऑफ द ट्रेनिंग कैंप खाली हो चुके होंगे वो सब अपने घर में बैठे होंगे या हिंटरलैंड में होंगे। किस दी इंटेलिजेंस पास है किस दी इंटेलिजेंस फेलर है? देखिए इंटेलिजेंस का कोई ग्रेडिंग नहीं होती है पास या फेल। तुसी दस दो फिर की कही है इन्हां नूं पास फेल दे विच कित्थे जाके तोलीए फिर इन्हां नूं नहीं किने इंटेलिजेंस नूं इंडिया दी इंटेलिजेंस पास होई है फेल होई है? नहीं बिल्कुल पास है। देखिए अभी आप तो जैसे बालाकोट में हुआ है अभी तक कोई कैजुअल्टी का नहीं आया जैसे मीडिया बोल रहा है ये प्लीज थोड़ा बता दीजिए कि कितने को वहां मरे हैं क्योंकि हम सब एंग्शियस हैं जानने के। देखिए ये सब टाइम लगता है एक जो स्ट्राइक होती है एयरफोर्स की उसके बाद होता है PSDA पोस्ट स्ट्राइक डैमेज असेसमेंट जो कि टाइम लगता है और अभी आप देखिए पहले वो लोग बोल रहे थे कि JAM का कुछ नहीं है परसों अल जजीरा TV ने एक साइन बोर्ड दिखाया जिस उर्दू में था जिसमें क्लियर कट लिखा था कि ये अल रहमान ट्रस्ट की सेमिनरी है और इसके ओनर हैं मसूद और उनके भाई लेफ्ट और राइट में बोर्ड में लिखा था। आज और कल जब इनने मीडिया वाले ले गए थे ये बोर्ड गायब कर दिया था ये हमारे मीडिया ये हमारा नहीं था ये डिस्प्ले किया था TV में अल जजीरा ने बोर्ड दिखाया था और जो पेपर में भी आ रहा है रियूटर्स में भी आ रहा है उनने गांव वालों से इंटरव्यू लिया है उनने कहा कि 3-4 घर सिर्फ टूटे थे ये सब झूठ की बात होती है क्योंकि ये सब चीजें धीरे धीरे पता लगेगा। 300 नंबर कितों आया? देखिए अभी ये तो देखिए मीडिया से आया जो हमारे जो फौजी हो ने जो कल प्रेस कॉन्फ्रेंस ली थी आर्मी उसे लड़ती पी है साडा मीडिया लड़ता पा मैं तो ये चीज समझ नहीं आ रही। देखिए मीडिया फ्री आप भी मीडिया के यू आर फ्री टू से एनीथिंग नहीं वो ठीक है पर असी एवें तो नहीं कह सकते ना जो जेडे सानू नंबर नहीं पता सी किवें ओ कह दो 300 कहीं इसलिए तो तुहाडे वर्गे मेहमानां नूं सद्दे असी 300 का कोई स्टेटमेंट ऑफिशियल तो आया नहीं ऑफिशियल कोई स्टेटमेंट नहीं ऑफिशियल स्टेटमेंट कुछ नहीं आया जेडी स्ट्राइक हुई है उंदे विच 300 दहशतगर्द मारे जा सकदे इकट्ठे के नहीं मारे जा सकदे? नहीं देखिए अभी ट्रेनिंग कैंप जो था ये जैश का था इसमें जो ट्रेनिंग चलती थी दौरे खास दौरे आम झंडूला और ये सब ट्रेनिंग होती थी एक महीने से लेके एक एक साल तक और जो फैसिलिटीज उधर थी स्विमिंग पूल था रेंजर्स थी दुनिया भर की चीजें हैं। अभी वो तो है नहीं कि 10-12 आदमी के लिए और यहां से कार्डर आते रहे कार्डर जाते रहे हैं ये तो है नहीं कि वो परमानेंट उधर कोई रहेगा। इस समय अप्रैल तक ट्रेनिंग थी अप्रैल में ट्रेनिंग खत्म होनी थी तो इसका मतलब है कार्डर उधर जरूर
रहे होंगे। ठीक है, मैं एक छोटा ब्रेक लेना चीमा साहब, तेरे को ब्रेक तो बाद वापस आऊँगा मैं। LOC, OIC ते डिप्लोमेसी कितने जाके एक्सटेंड करती है, की है जो तो पाकिस्तान ये कहे कि रशिया साढ़े नाल खड़ा है, क्या जो तो पाकिस्तान ये कहे सऊदी अरब साढ़े नाल खड़ा है, जो तो पाकिस्तान ये कहे कि अमेरिका साढ़े नाल खड़ा है, क्या तो पाकिस्तान जो ये कहे चाइना साढ़े नाल खड़ा है, क्या तो फिर भारत कितने खड़ा है। ब्रेक तो वापस आ रहे, सवाल पूछा गया जरूर। सवाल एक पूछ रहे, बड़ा सवाल असं ये पूछ रहे हैं कि दहशतगर्दी के खात्मे लिए कौमांतरी पद्धर से भारत की रणनीति कामयाब होगी। चीमा साहब ਤੁਹਾਡਾ ਵੀ ਬਹੁਤ ਲੰਬਾ ਤਜਰਬਾ ਹੈਗਾ ਚੀਮਾ ਸਾਹਿਬ, ਜਿਹੜੀ ਗੱਲ ਮਹਿਤਾ ਸਾਹਿਬ ਇਹਨਾਂ ਨੇ ਕਹੀ ਹੈ ਕਿ ਪਾਠਕ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਇੰਟੈਲੀਜੈਂਸ ਬਾਰੇ, ਉਹਨਾਂ ਸਾਰਾ ਕੁਝ ਦੱਸਿਆ ਹੈਗਾ। ਮੈਂ ਇੰਟੈਲੀਜੈਂਸ ਤੋਂ ਥੋੜ੍ਹਾ ਜਿਹਾ ਅੱਗੇ ਜਾਣਾ ਚਾਹੂੰਗਾ ਤੁਹਾਡੇ ਨਾਲ ਚੀਮਾ ਸਾਹਿਬ। ਜਿਹੜੀ ਫੌਜ ਹੁੰਦੀ ਹੈ, ਫੌਜ ਆਪਦੇ ਪੱਧਰ 'ਤੇ ਕਾਰਵਾਈ ਕਰਦੀ ਹੈ ਜਾਂ ਉਹਦੇ ਵਿੱਚ ਫੌਜ ਦੀ ਵਿਲ ਦੇ ਨਾਲ ਪੋਲੀਟੀਕਲ ਵਿਲ ਵੀ ਚਾਹੀਦੀ ਹੁੰਦੀ ਹੈ? ਓਕੇ, ਪਹਿਲਾਂ ਇਸ ਸਵਾਲ 'ਤੇ ਆਉਣ ਤੋਂ ਪਹਿਲਾਂ, ਹਾਂ, ਜਿਹੜਾ ਤੁਹਾਡਾ ਪਹਿਲਾ ਸਵਾਲ ਸੀਗਾ ਕਿ ਇੰਨੇ ਟੈਰੋਰਿਸਟ ਕੈਂਪ ਨੇ, ਇੰਨੇ ਟੈਰੋਰਿਸਟ ਪੈਰ ਨੇ, ਆਪਾਂ ਇਹਨਾਂ ਨੂੰ ਦੇਖਣਾ ਕਿ ਇਹ ਟੈਰੋਰਿਸਟ ਪੈਡ ਕਿਸ ਚੀਜ਼ ਦੇ ਨੇ, ਕਿਸ ਚੀਜ਼ ਦੇ ਲਾਂਚ ਪੈਡ ਨੇ। ਇਹ ਹੈਗੇ ਨੇ ਪਾਕਿਸਤਾਨ ਦੀ ਪੋਲਿਸੀ ਦੇ ਮੁਤਾਬਕ। ਆਪਣਾ ਏਮ ਟੈਰੋਰਿਸਟ ਦੇ ਖਿਲਾਫ ਨਹੀਂ ਹੈਗਾ, ਆਪਣਾ ਜਿਹੜਾ ਟਾਰਗੇਟ ਹੈਗਾ ਆਪਣਾ ਇੰਡੀਆ ਗੌਰਮੈਂਟ ਦਾ, ਇਟ ਇਜ਼ ਟੂ ਉਹਨਾਂ ਦੀ ਜਿਹੜੀ ਪੋਲਿਸੀ ਆ ਉਹਨੂੰ ਬਦਲੀ ਕਰਨ ਦਾ ਮੁੱਦਾ ਹੈਗਾ ਆਪਣਾ। ਹੁਣ ਜੇ ਆਪਾਂ ਉਹਦੇ ਵਿੱਚ ਦੇਖੀਏ ਕਿ ਇਹ ਜਿਹੜੇ ਲੜਾਈ 2024-26 ਨੂੰ ਕੀ ਹੋਇਆ, ਇਹ ਇੱਕ ਤਰ੍ਹਾਂ ਉਹਦੇ ਤਰ੍ਹਾਂ ਦੇ ਸਟੈਪ ਨੇ ਇਹ। ਨੰਬਰ 1, ਇਸ ਤੋਂ ਪਹਿਲਾਂ ਜਿਹੜੀ ਸੀਗੀ ਕਿੰਨੀ ਕਾਊਂਟਰ ਟੈਰੋਰਿਸਟ ਆਪਰੇਸ਼ਨ, ਇਹ ਸਾਰੇ ਆਪਣੇ ਗਰਾਊਂਡ ਫੋਰਸਿਸ 'ਤੇ, ਗਰਾਊਂਡ 'ਤੇ ਚੱਲ ਰਹੇ ਸੀਗੇ। ਇਹ ਪਹਿਲੀ ਵਾਰ ਹੋਇਆ ਕਿ ਇਟ ਹੈਜ਼ ਗੋਨ ਟੂ ਦਾ ਏਅਰ ਆਲਸੋ, ਆਪਾਂ ਉਹਨਾਂ ਦੇ ਟੈਰੋਰਿਸਟ ਲਾਂਚ ਪੈਡ ਨੂੰ ਸਟ੍ਰਾਈਕ ਕੀਤਾ। ਆਪਾਂ ਆਪਣੀ ਪੋਲੀਟੀਕਲ ਵਿਲ ਦਿਖਾਈ ਆ, ਇੰਟੈਂਟ ਦਿਖਾਈ ਆ, ਕੈਪੇਬਿਲਿਟੀ ਦਿਖਾਈ ਆ। ਵੈਸੇ 300 ਮਰੇ, 200 ਮਰੇ, ਉਹ ਅਲੱਗ ਗੱਲ ਆ, ਪਰ ਜਿਹੜੀ ਆਪਾਂ ਪੋਲੀਟੀਕਲ ਰਿਜ਼ੋਲਵ ਔਰ ਕੈਪੇਬਿਲਿਟੀ ਦਿਖਾਈ ਆ, ਉਹ ਆਪਾਂ ਨੂੰ ਮੰਨਣੀ ਪੈਣੀ ਹੈਗੀ। ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਪੋਲੀਟੀਕਲ ਵਿਲ ਕਰਕੇ ਹੋਇਆ, ਫੌਜ ਦੀ ਵਿਲ ਕਰਕੇ ਨਹੀਂ? ਯੈਸ, ਜਿਹੜਾ ਲੜਾਈ ਵੀ ਹੈਗੀ ਆ, ਫੌਜ ਇੱਕ ਪੋਲੀਟੀਕਲ ਪ੍ਰੋਸੈਸ ਦਾ ਹਿੱਸਾ ਹੈਗਾ, ਇਟ ਇਜ਼ ਅ ਪਾਰਟ ਆਫ ਦਾ ਪੋਲਿਸੀ। ਨਹੀਂ, ਫਿਰ ਜਦੋਂ ਇਹ ਬਿਆਨ ਦਿੱਤਾ ਜਾਂਦਾ ਕਿ ਫੌਜ ਨੂੰ ਖੁੱਲ੍ਹੀ ਛੋਟ ਹੈ, ਉਹਦਾ ਮਤਲਬ ਕੀ ਹੁੰਦਾ? ਫੌਜ ਨੂੰ ਖੁੱਲ੍ਹੀ ਛੋਟ ਦਾ ਮਤਲਬ ਇਹੀ ਹੈਗਾ, ਤੁਸੀਂ ਜਿਹੜੇ ਲੋਕਲ ਲੈਵਲ ਟੈਕਟੀਕਲ ਆਪਰੇਸ਼ਨਸ ਨੇ ਜਿਵੇਂ ਅਕਰੋਸ ਛੋਟੇ ਲੈਵਲ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਆਉਂਦਾ। ਜੇ ਤੁਸੀਂ ਕਹੋ ਕਿ ਇਹ ਫੌਜ ਆਪਣੇ ਆਪ ਇੰਨੀ ਸਟ੍ਰਾਈਕ 'ਤੇ ਗਈ, ਅਕਰੋਸ ਬਾਰਡਰ ਫੌਜ ਨੂੰ ਇੰਨੀ ਛੋਟ ਨਹੀਂ ਹੋ ਸਕਦੀ? ਨਹੀਂ, ਇਹ ਬਿਲਕੁਲ ਨਹੀਂ ਹੈ, ਤਾਂ ਬਿਲਕੁਲ ਨਹੀਂ ਸਕਦੀ। ਇਹਦਾ ਮਤਲਬ ਪੋਲੀਟੀਕਲ ਬਿਆਨ ਹੈ, ਫੌਜ ਨੂੰ ਖੁੱਲ੍ਹੀ ਛੋਟ? ਮੈਨੂੰ ਥੋੜ੍ਹਾ ਕਲੀਅਰ ਕਰਦੇ ਜਾਓ। ਹਾਂਜੀ, ਜਿਹੜਾ ਇਹ ਹੁਣ ਪੋਲੀਟੀਕਲ ਥੋੜ੍ਹਾ ਜਿਹਾ ਜ਼ਰੂਰ ਕਹਿ ਸਕਦੇ ਹੈਗੇ ਹਾਂ ਕਿ ਜਿਹੜਾ ਵੀ ਹਜੇ ਤੱਕ ਪੋਲੀਟੀਕਲ ਪ੍ਰੋਸੈਸ ਹੈਗਾ, ਜੇ ਐਜ਼ ਪਰ ਜਿਹੜਾ ਇੰਟਰ ਆਪਣੇ ਕਾਊਂਟਰ ਟੈਰੋਰਿਸਟ ਆਪਰੇਸ਼ਨ ਵਿਦ ਇਨ ਦਾ ਕਸ਼ਮੀਰ ਵੈਲੀ ਹੁੰਦੇ ਨੇ, ਇੰਟਰਨਲ ਹੁੰਦੇ ਆ, ਉਹਦੇ 'ਚ ਕੋਈ ਇੰਟਰਫੇਰੈਂਸ ਪੋਲੀਟੀਕਲ ਇੰਟਰਫੇਰੈਂਸ। ਚਲੋ, ਹੁਣ ਮੈਂ ਤੁਹਾਡੇ ਸਵਾਲ 'ਤੇ ਆਉਣਾ ਚੀਮਾ ਸਾਹਿਬ, ਪੋਲੀਟੀਕਲ ਪ੍ਰੋਸੈਸ ਦੇ ਵਿੱਚ ਸਾਡੀ ਆਰਮੀ ਅੱਗੇ ਵਧੀ, ਸਾਡੀ ਫੌਜ ਅੱਗੇ ਵਧੀ, ਇੰਡੀਅਨ ਏਅਰਫੋਰਸ ਅੱਗੇ ਵਧੀ। ਹਾਂਜੀ, ਹੁਣ ਇਸ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਭਾਰਤ ਹੈ ਕੌਮਾਂਤਰੀ ਪੱਧਰ 'ਤੇ ਕਿੱਥੇ ਜਾ ਕੇ ਸਟੈਂਡ ਕਰਦਾ? ਹਾਂਜੀ, ਹੁਣ ਜਿਹੜਾ ਹੈਗਾ ਇਹ ਜਿਸ ਤਰ੍ਹਾਂ ਇਹਦੇ ਨਾਲ ਜਿਹੜਾ ਆਪਾਂ ਐਸਕੇਲੇਸ਼ਨ ਨੂੰ ਲੈਡਰ ਨੂੰ ਉੱਪਰ ਉਠਾ ਦਿੱਤਾ ਹੈਗਾ, ਪਾਕਿਸਤਾਨ ਨੇ ਵੀ ਰਿਸਪੋਂਡ ਕੀਤਾ ਹੈਗਾ ਉਸ ਉੱਤੇ, ਆਪਾਂ ਉੱਪਰ ਕੀਤਾ ਤਾਂ ਉਹਨਾਂ ਨੇ ਵੀ ਰਿਸਪੋਂਡ ਕੀਤਾ ਹੈਗਾ। ਉਹਨਾਂ ਨਾਲ ਰਿਸਪੋਂਡ ਨਾਲ ਇੱਕ ਤਰ੍ਹਾਂ ਦੀ ਜਿਹੜੀ ਕੂਟਨੀਤੀ ਗਾ, ਵਰਲਡ ਨੂੰ ਵੀ ਥੋੜ੍ਹਾ ਜ਼ਿਆਦਾ ਅਲਰਟ ਹੋ ਗਿਆ ਕਿ ਇਹ ਟੈਰੋਰਿਸਟ ਦੀ ਲੜਾਈ ਗਰਾਊਂਡ ਲੈਵਲ 'ਤੇ ਨਹੀਂ ਰਹਿਣੀ, ਇਹ ਉੱਪਰ ਵੀ ਜਾ ਸਕਦੀ ਆ, ਔਰ ਦੋਨੇ ਨਿਊਕਲੀਅਰ ਪਾਵਰ ਦੁਨੀਆ 'ਚ ਅਸੀਂ ਸੁਨੇਹਾ ਦੇਣ 'ਚ ਕਾਮਯਾਬ ਹੋ ਗਏ। ਹਾਂਜੀ ਬਿਲਕੁਲ, ਹਾਂ ਬਿਲਕੁਲ, ਉਹਦੇ 'ਚ ਹੋਇਆ। ਠੀਕ ਹੈ ਕਿ ਯੈਸ, ਇਹਦੇ ਵਿੱਚ ਹੋਇਆ ਹੈਗਾ। ਠੀਕ ਹੈ ਪਾਠਕ ਸਾਹਿਬ, ਮੈਸੇਜ ਚਲਾ ਗਿਆ ਦੁਨੀਆ ਨੂੰ, ਚੀਮਾ ਸਾਹਿਬ ਵੀ ਕਹਿ ਰਹੇ, ਤੁਸੀਂ ਵੀ ਇਸ ਗੱਲ ਨੂੰ ਐਡਮਿਟ ਕਰੋਗੇ, ਇਸ ਮੈਸੇਜ ਤੋਂ ਅੱਗੇ ਕੁਛ ਸਾਨੂੰ ਦਿਖਦਾ ਪਿਆ ਜਾਂ ਅਸੀਂ ਸਿਰਫ ਮੈਸੇਜ ਦੇ ਕੇ ਉਸ ਤੋਂ ਬਾਅਦ ਫਿਰ ਅਸੀਂ ਚੁੱਪ ਕਰਕੇ ਬੈਠ ਜਾਵਾਂਗੇ? देखिए, अभी तो पहली बात तो देखना पड़ेगा पाकिस्तान का क्या रिस्पांस होता है। देखिए, एक तो उन्होंने अच्छा किया हमारा विंग कमांडर छोड़ के, और आज जैसे फ्राइडे था, मुराद के में हफीज सईद अपना एक सरमन जरूर देता है नमाज के बाद, वो आज नहीं हुआ है। एंड जमायत उल दावा को बैन भी कर दिया उन्होंने, मतलब वो तो बैन करते रहते हैं और फिर उठता रहता है बैन। और कल मतलब आज सुबह 2 या 3 बजे कुपवाड़ा हंडवारा के पास 2 मिलिटेंट मारे गए। तो अभी इंटेंट तो समझ में आ नहीं रही है इनकी क्या है। इसको तो भेज दिया इनने, मतलब विंग कमांडर को तो भेज दिया है, मगर अभी तक उनने जो बोल रहे हैं कि मैं 2 स्टेप फॉरवर्ड लूंगा अगर इंडिया 1 स्टेप लेता है, तो उन लोग ने तो कोई स्टेप का, खाली एक विंग कमांडर को छोड़ के अगर उसको हम अलग करें तो कोई वेरीफाइबल स्टेप तो लिया ही नहीं है। वो तो सिर्फ बोला है कि इनको आप वेरीफाइबल इनपुट हमें दीजिए, एक्शनेबल इंटेलिजेंस दीजिए, तब हम टोल के बजाय ने पंगड़े पाइए ने। हाँ, ये पहले भी आप देखिए 26/11 के बाद भी ये हुआ, डोजियर भेजा, पठानकोट के बाद भी हुआ, पार्लियामेंट के बाद। मेरा सवाल फिर वही है ना, जैसे पंगड़े को पाइए ने टोल के बजाय ने, फिर नहीं तो ऑल्टरनेटिव किया है। अभी देखिए
वी हैव टू फॉलो सॉफ्ट डिप्लोमेसी. अगर हम लड़ाई नहीं करना चाहते हैं तो सॉफ्ट डिप्लोमेसी वी हैव टू अडॉप्ट. अब पाकिस्तान का देखिए 48 कंट्रीज ने ऑलरेडी सॉफ्ट डिप्लोमेसी अडॉप्ट नहीं कर रहे थे. देखो जी मैं थोड़ा इस अगे कहांगा कि हुण जिहड़ी इह हैगी आ कि आपां सवाल ही पुछदे अभिनंदन तो अगे की. अभिनंदन एक सिंबल बन गया कि एक तरह का टैरोरिस्ट लैवल से इस तो अगे की हो सकता हैगा. और जो इस दे नाल होया हैगा ये जिहड़ी अपनी कूटनीतिक डिप्लोमेसी आ इहनू होर अगे वधाउणा पएगा. और जिहड़ी अपनी पॉलिसी कहो कि जे आपां इक अभिनंदन नूं छड्डदा अपना पॉलिसी चेंज कर लईए कि टैरर एंड टॉक आपां शुरू कर दईए ओह नहीं. ठीक ठीक ओह बिल्कुल नहीं क्योंकि आपां अपनी पॉलिसी दे विच इक कंसिस्टेंसी दिखाउणी हैगी आ तां कि जिहड़ी अपनी पॉलिसी अडॉप्ट कीती हुई आ कि बेसिकली तुसीं कह रहे हो निरंतरता सानूं दिखाउणी पऊगी लगातारता दिखाउणी. मोहम्मद खालिद इह जिहड़ी गल कर रहे आ कंटीन्यूटी सानूं दिखाउणी पऊगी निरंतरता दिखाउणी पऊगी लगातार प्रैशर बिल्टअप करना पऊगा. सवाल यह हैगा OIC दे विच जा के सुषमा स्वराज उत्थे संबोधन करदे आ पाकिस्तान दे विदेश मंत्री उसका बाइकट करते हैं क्या खाली कुर्सी पाकिस्तान की यह भारत लई की सुनेहा हैगा ते कौमांतरी पद्धत ते की सुनेहा हैगा क्योंकि इस्लामिक स्टेट है सारे इकट्ठे होंदे उत्थे. देखो इदां हैगा अगर इस तरह होया क्योंकि इहदी डिटेल मैनूं नहीं पता अगर पाकिस्तान की कुर्सी खाली है और सुषमा स्वराज ने उत्थे एड्रेस किया और टैररिज्म की गल चकी है ये मेरा ख्याल है फस्ट टाइम होया OIC की हिस्टरी दे विच. अगर तुहानूं याद होवे कि जिस वेले इंडिया ने OIC दी विच एप्लीकेशन दित्ती कि असीं मैंबर बनना चाहुंदे आ उहनूं सब तो ज़्यादा स्कटल जिहड़ा सीगा वो पाकिस्तान ने किया सीगा. हालांकि कुछ ऐसे कंट्री जिन्हां दे विच मुस्लिम पापूलेशन 3-4% अफ्रीकन कंट्रीज वो भी OIC दे मैंबर हैं लेकिन इंडिया दे विच 15% मुस्लिम पापूलेशन होने के बावजूद OIC दी मैंबरशिप जिहड़ी सीगी वो सानू डिनाई की गई है क्योंकि OIC एक डिप्लोमैटिक विक्टरी होएगी अगर सुषमा स्वराज ने यह गल उठे जाके क्लीयर कर दा. पाकिस्तान की पार्लीमेंट के जो ये गल उठती है शाह महमूद कुरैशी उन्होंने विदेश मंत्री जो कहते हैं कि सानू सारे बाइकट करना चाहिए उस तो पहले भी गल उठती है उत्थे जो आसिफ अली जरदारी यह गल चुकते हैं कि सानू बाइकट नहीं करना चाहिए सानू अपने मित्र छड़ने चाहिए अपनी फ्रेंड लिस्ट है जी वो छोटी नहीं करनी चाहिए ना ही वो गल कहते हैं जे उन्होंने नहीं जाना तुम ना जाओ पर आपका उस रुतबे का कोई बंदा उस पद्धर का बंदा जरा उस चीज समझना हो जरूर भेजना चाहिए. इसका मतलब की है कि देखो मैं पाकिस्तान आइसोलेट होया नहीं होया जिस वेले इंडिया ने इंडिया के एरोप्लेन जो है उधर गए हैं तो उत्थे स्ट्राइक किया उसके बाद कि ने कंडेम किया है या कि ने पाकिस्तान का साथ दिता वो टर्की भी है वो OIC भी है OIC एज सच नहीं लेकिन OIC का एक जड़ा है विंग जड़ा एक सब कमेटी जी हैगी है उन्होंने इस चीज़ को कंडेम किया है. ये नैक्सट दिन आ गया सीगा OIC का यह स्टांस एक डिफरेंट है लेकिन अगर सुषमा स्वराज OIC दे विच गई है बिना नाम ले गल कीती है सुषमा स्वराज अगर नहीं वो अलग गल है लेकिन अगर वो गई है तो ये इंडिया वास्ते एक बहुत वड्डी डिप्लोमेटिक विक्टरी है क्योंकि ये एक बहुत वड्डा अपने आप ही वर्ल्ड खुल जाएगी इंडिया वास्ते. OIC दे विच जिन्ने भी सारे मुस्लिम कंट्रीज है वो सारे आउंदे हैं उन्हां नाल डिप्लोमैटिक चैनल और ट्रेड एंड कॉमर्स वो सारा कुछ जिहड़ा हैगा अगेन वधूगा. बेशक इनिशियल लैवल ते है वो मैंबरशिप नहीं है हजे सानू जिहड़ा हैगा सिर्फ उत्थे बुलाया गया मैंबरशिप साडी OIC दी नहीं है. इस करके मैं समझदा कि इंडिया एक स्टैप फॉरवर्ड है OIC दे विच जाके अपनी गल कही है जो उन्होंने. ठीक है मैं एक छोटा जा ब्रेक लेना ब्रेक तो वापस आऊँगा प्रथम जी से वापस आ रहे पाठक साहब आ रहे एक मिनट च वापस आ रहे हैं ब्रेक लेने ब्रेक तो बाद वापस आवेंगे. नचिकेता का केस तुम्हें पता होगा नचिकेता तो अभिनंदन तक पाकिस्तान कि बदलिया है इमरान खान ने जे पीस ऑफ जस्टर की गल की है पीस जस्टर की गल की है पीस एक्शन तक इमरान खान किमें जान के सवाल इतने आके रुकता है ब्रेक तो वापस आके ये सवाल पूछा लाजमी इमरान खान का वैलकम करना कि बनता है इमरान खान तो बाद जो भारत के प्रधानमंत्री नरेंद्र मोदी स्टेटमेंट देंगे है उसका मतलब की है उस स्टेटमेंट जो समझा उस तो बाद समझ आऊगी तो डिप्लोमेसी के द्वार से डिप्लोमेसी के दरवाजे से असी कितने स्टैंड करते हैं ब्रेक तो वापस आ रहे हैं. सवाल क्यों पूछ रहे वाला सवाल असं ये पूछ रहे हैं कि दहशतगर्दी के खात्मे लिए कौमांतरी पद्धर से भारत की रणनीति कामयाब होगी. अभिनंदन सरहद पार पहुँच चुकी है तो अभिनंदन दी तस्वीरें भी लगातार सामने आ रही तुम देख सकते हो पर सवाल कल अभिनंदन तक रुकया नहीं हुआ अभिनंदन तो अगे किया असं यह सवाल पूछ रहे हैं. प्रसमनजीत सिंह एक तो सवाल मैंने इसका जवाब दो पाकिस्तान के विदेश मंत्री जो ये गल कहते मीडिया के कि रशिया साढ़े नाल अमेरिका साढ़े नाल सऊदी अरब साढ़े नाल हैगा तो चाइना की तो उन्होंने गल करने की जरूरत नहीं हैगी. सवाल यह है कि साढ़े नाल कौन खड़ा है
नहीं मेरा ख्याल है कि ये तो चलो उन्होंने क्लेम हैगे बहुते कंट्री ने चाइना जो तुम छड़ लो जिहड़ा अमेरिका तो खासकर रशिया है उन्होंने हथियार वेचने वो हथियार पाकिस्तान भी वेची जाते तो सामने दूजा सवाल नाल ये भी है अमेरिका हमजा ते इनाम रखता है हमजा ते इनाम रख रहा लादन के मुंडे ते इनाम रख रहा हूँ भी उनका पता दसो मैनू तालिबान पैदा करो फिर अफगानिस्तान ओपीएम की कल्टीवेशन करो उन्होंने कहो कि इन वेचो और पैसा लैके साडे हथियार खरीदो और फिर उस टैररिज्म अतवाद सारे दुनिया के एक्सपोर्ट करो वो फिर उत्थे भी उन्होंने जाके जो 9-11 करता है और साडे देश दे मैं सवाल ती आ जाना फिर तुहाडे सवाल ती आ जाना मैं कि जिहड़ा इह कूटनीतिक दबाव बनाया जा रहा है एक दूजे ते इह हथियार वेचण तक सीमित नहीं रह जूगा मैनू लगता है कि ज़्यादातर तो मैनू तो एक 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 पद्धर तो यह भी है पर जो हूँ साडा समझौता होया मतलब एकदम डीएसकलेशन जी हुई है वह वाकई बार सारे दुनिया के चौंका देने वाला मैसेज चला गया सी क्योंकि दोवें न्यूकलीयर पावरस है जे कोई इतने ज़्यादा 19-21 हो गई तो वह रिजल्ट जी सारी दुनिया को भुगतना पेगा एक प्रैशर यह आ दूजा नालों नाल यह है कि जो योजा मौका होंगे हर कोई आपो अपन दोस्तियां निभाने के नेड़े जाने की कोशिश करता पर मेरा ख्याल है कि यह नहीं है कि अमरीका उन्हां दे नाल चला गया जां साडे नाल पिछे हट गया अमरीका दा कोई किसे दे नाल नहीं है एक गल पाकिस्तानी इत्थे आके बार बार कहिंदे सी सानू अमरीका ने निचोड़ छड्डिया साडे पंजाबी भाईओ ईस्ट पंजाब दे भाईओ इहदे तों बच के रहो जो साडा उन्हां नाल तजर्बा इस करके उन्हां दे नाल कोई दोस्ती जां कोई इहो जी गल नहीं कि उन्हां दे पिट पिछे आके खड़े हो गए रूस वगैरह उन्हां सारिआं ने आपो अपने हथियार वेचणे आ इस करके उह उन्हां नूं शो करदे आ कि हां अपने दबाव दे नाल कि उह क्लेम नहीं करदे सिद्धे शब्दां विच समझ जावे कि दो जदों गवांढी लड़दे आ दूसरियां ताकतां भावें ओह ग्लोबल होण खासकर घरेलू ताकतां वी जिवें उन्हां दे डिफेंस फोर्सेस आ जां जिहड़े उत्थों दे अतवादी हैगे उन्हां दा किसे ना किसे उन्हां दी पॉलिटिक्स दे विच दबाव पिया पोलिटिकली इन्हां नूं बिल्कुल सूट ही नहीं करदा उत्थे ना जाणा इन्हां नूं जाणा चाहीदा सी पोलिटिकली जाणा चाहीदा सीगा चीमा साहब हाँ जी मैं सवाल तो वैसे मुहम्मद खालिद तो लैना पर मैं तुम्हें पूछ लेना क्योंकि तुम इस मामले बारे भी चंगी तरह समझ दो नचिकेता वाला मामला तुम्हें पता है उस तो बाद अभिनंदन तक पाकिस्तान कुछ बदलिया बिल्कुल नहीं बदलिया जी क्यों उस तो देखो नचिकेता 99 दे विच होया दो साल 13 दिसंबर 2001 पार्लियामेंट से अटैक होया की चेंज हुई है और उस तो पहला अक्टूबर दे विच अपना स्टेट असेंबली श्रीनगर अटैक होया सी टैरोरिस्ट अटैक जिस अपना नवंबर 2008 मुंबई अटैक सबनों पता हैगा उस तो बाद पुलवामा इज द लेटेस्ट इंसीडेंट उस तो पहला उड़ी हो चुका पठानकोट हो चुका दीनानगर हो जाएगा कोई तब्दीली नहीं हुई है नचिकेता तो बाद गतिविधियां कोई तब्दीली नहीं हुई सवाल यह है उदो प्रधानमंत्री होर सी हुण प्रधानमंत्री होर है कोई चेंजेस होने की संभावना है मैं यही कहांगा जिहड़ा हुण आपां एस्केलेशन लैवल दिखाया है कि उन्होंने पुलवामा के अटैक जिहड़ा ग्राउंड अटैक से आपां जिहड़ा टैरोरिस्ट काउंटर टैरोरिस्ट ऑपरेशन नूं उपरली हवा दे विच लै गए हां एयर इनवॉल्व किया वो बहुत बड़ी चेंज हैगी है उन्होंने भी अपना दिखाया है जो उन्होंने दिखाया कि एक तरह दोनों तरह अगे लड़ाई करने तैयार ने हम लड़ाई करने कि फायदा फायदा किसी नहीं है पर नुकसान कि ज़्यादा होगा और वर्ल्ड प्रैशर किस पर ज़्यादा पेगा यदा एडवांटेज यही है कि जोड़ा एसकेलेन लैवल आप अगे लै गए ਉਹਦੇ ਨਾਲ ਵਰਲਡ ਪ੍ਰੈਸ਼ਰ ਪਾਕਿਸਤਾਨ ਤੇ ਵੱਧ ਸਕਦਾ ਹੈਗਾ ਕਿ ਇਹਨੂੰ ਨਾ ਹੋ ਤਾਂ ਕਿ ਇਹ ਅੱਗੇ ਚਲੇ ਜਾਵੇ ਵਰਲਡ ਪ੍ਰੈਸ਼ਰ ਵਧਣਾ ਚਾਹੀਦਾ ਠੀਕ ਹੈ ਤੁਹਾਡੀ ਗੱਲ ਨਾਲ ਮੈਂ ਇਤਫਾਕ ਰੱਖਦਾ ਪਰ ਜੰਗ ਮਸਲੇ ਦਾ ਹੱਲ ਨਹੀਂ ਹੈ ਜੰਗ ਮਸਲੇ ਦਾ ਹੱਲ ਨਹੀਂ ਹੈਗਾ ਇਸ ਮੰਚ ਤੋਂ ਮੈਂ ਵਾਰ-ਵਾਰ ਅਪੀਲ ਕਰਦਾ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਬਿਲਕੁਲ ਜੰਗ ਹੋਣੀ ਵੀ ਨਹੀਂ ਚਾਹੀਦੀ ਕੇਪੀ ਸਿੰਘ ਜਿਹੜੇ ਲੋਕ ਰੋਲਾ ਪਾਉਂਦੇ ਜੰਗ ਦਾ ਮੈਂ ਉਹਨਾਂ ਦੇ ਸਖਤ ਖਿਲਾਫ ਹਾਂ ਬਿਲਕੁਲ ਚੀਮਾ ਸਾਹਿਬ ਦੋ ਵਾਰੀ ਇਸ ਗੱਲ ਨੂੰ ਕਹਿ ਚੁੱਕੇ ਆ ਕਿ ਹੁਣ ਸਾਡਾ ਇਹ ਹਮਲਾ ਇਹ ਬੜਾ ਸਾਡਾ ਇੱਕ ਬੜਾ ਬੜਾ ਫਾਰਵਰਡ ਸਟੈਪ ਫਾਰਵਰਡ ਆ ਜਦ ਤੱਕ ਤੁਸੀਂ ਸਮਾਜਿਕ ਆਰਥਿਕ ਤੇ ਰਾਜਨੀਤਿਕ ਮਾਹੌਲ ਦੇਸ਼ਾਂ ਦੇ ਅੰਦਰ ਪੈਦਾ ਨਹੀਂ ਕਰਦੇ ਲੋਕਾਂ ਤੇ ਇਹ ਬਾਰ ਬਾਰ ਪੈਦਾ ਹੁੰਦਾ ਅਸੀਂ ਆਪਣੇ ਦੇਸ਼ ਦੇ ਵਿੱਚ ਤੇ ਅਤਵਾਦ ਖਤਮ ਨਹੀਂ ਕਰ ਪਾਏ ਦੂਜੇ ਦੇਸ਼ ਵਿੱਚ ਜਾ ਕੇ ਕਿਵੇਂ ਖਤਮ ਕਰ ਲਾਂਗੇ ਇਹ ਦੇਖੋ ਡਿਪਲੋਮੈਟਿਕ ਢੰਗ ਨਾਲ ਚੰਗੇ ਫਰੈਂਡਲੀ ਰਿਲੇਸ਼ਨ ਨਾਲ ਸਾਡੇ ਦੇਸ਼ ਡਿਵੈਲਪਮੈਂਟ ਪਰ ਸਮਝੀ ਸਾਡੇ ਦੇਸ਼ ਦਾ ਅਤਵਾਦ ਤੇ ਗਵਾਂਢੀ ਮੁਲਕ ਦੇ ਦੇਸ਼ ਦਾ ਅਤਵਾਦ ਦੋਨੋਂ ਸੇਮ ਪੇਜ ਤੇ ਚੱਲ ਰਹੇ ਦੇਖੋ ਅਜੇ ਤੱਕ ਸੇਮ ਪੇਜ ਤੇ ਨਹੀਂ ਹੈ ਪਰ ਅਸੀਂ ਉਧਰ ਜ਼ਰੂਰ ਸ਼ੈ ਜ਼ਰੂਰ ਦੇ ਕੇ ਉਹਦੇ ਬਰਾਬਰ ਦਾ ਕਰਨਾ ਚਾਹੁੰਦੇ ਹਾਂ ਠੀਕ ਹੈ ਕਰਨਾ ਵੇਪਰ ਪਟੇ ਇੱਕ ਮਿੰਟ ਚੀਮਾ ਸਰ ਇੱਕ ਇੱਕ ਇਹ ਕਰਾਂਗਾ ਆ ਰਹੇ ਵੇਪਰ ਪਟੇ ਤੁਸੀਂ ਕਹਿੰਦੇ ਹੋ ਕਿ ਇਸ ਪਰ ਜਿਵੇਂ ਕਸ਼ਮੀਰ ਦਾ ਇਹ ਦੋਨੇ ਇੱਕ ਆਪਾਂ ਦੋ ਤਰ੍ਹਾਂ ਨਾਲ ਲੜ ਰਹੇ ਹਾਂ ਇੱਕ ਇੰਟਰਨਲੀ ਲੜ ਰਹੇ ਹਾਂ ਤੇ ਇੱਕ ਆਪਾਂ ਪਾਕਿਸਤਾਨ ਦੇ ਨਾਲ ਲੜ ਰਹੇ ਹਾਂ ਇੰਟਰਨਲੀ ਆਪਣੀ ਜਿਹੜੀ ਜੰਗ ਆ ਉਹ ਥੋੜ੍ਹੀ ਦੂਜੇ ਤਰੀਕੇ ਦੀ ਆ ਉਹਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈਗੀ ਆ ਆਪਾਂ ਪਾਕਿਸਤਾਨ ਨਾਲ ਬੇਸ਼ੱਕ ਗੱਲ ਨਾ ਕਰੀਏ
पर इहदा मतलब ये नहीं कि इंटरनल कॉन्स्टिट्यूएंसी जिहड़े इंटरनल पोलिटिकल आ ਉਹ ਡਾਇਲੋਗ ਆਪਾਂ ਨਾ ਸ਼ੁਰੂ ਕਰੀਏ ਬਹੁਤ ਟਾਕ ਕਰਨੀ ਜ਼ਰੂਰੀ ਹੈਗਾ ਆਪਣੇ ਕੋਲ ਠੀਕ ਹੈ ਬਹੁਤ 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 ਵੈਲਿਡ ਪੁਆਇੰਟ ਆ ਕਰਨਾ ਵਿਪਨ ਪਾਠਕ ਸਵਾਲ ਇਹ ਹੈਗਾ ਇੰਟਰਨਲ ਜਿਹੜਾ ਇਹ ਟੈਰਰਿਜ਼ਮ ਦੀ ਗੱਲ ਕਰਦੇ ਹੈਗੇ ਆ ਜਿਹੜਾ ਵਖਰੇਵਾ ਸਾਡੇ 'ਚ ਪਿਆ ਹੋਇਆ ਉਸ ਵਖਰੇਵੇਂ ਨੂੰ ਦੂਰ ਕਰਨ ਲਈ ਕੀ ਸਾਡੀ ਇੰਟੈਲੀਜੈਂਸ ਹੈ ਜਿਹੜੀ ਉਹ ਸਰਕਾਰ ਤੱਕ ਪਹੁੰਚ ਪਾ ਰਹੀ ਹੈ ਜਾਂ ਨਹੀਂ ਸਰਕਾਰ ਜਾਂ ਸਰਕਾਰ ਨੂੰ ਪਤਾ ਸਭ ਕੁਝ ਹੈ ਸਰਕਾਰ ਉਸ 'ਤੇ ਕੋਈ ਕੰਮ ਨਹੀਂ ਕਰਨਾ ਚਾਹੁੰਦੀ ਦੇਖੀਏ ਹਮਾਰੇ ਪੈਰਾਫਰੀ ਮੈਂ ਟੈਰਰਿਜ਼ਮ ਤੋਂ ਹੈ ਹੀ आप चाहे सर एग्री करेंगे सर उधर चीफ ऑफ स्टाफ रह चुके हैं ईस्टर्न कमांड के आप नॉर्थ ईस्ट में मिजोरम को छोड़ के आप मणिपुर ले लीजिए वहाँ पीएलए यूएनएलएफ सब ऑपरेशनल है एनएससी एनआईएम के दुनिया भर के ग्रुप्स हैं उल्फा एनडीएफबी और आप छत्तीसगढ़ इस तरफ आ जाओ माओइस्ट ग्रुप्स हैं और इधर आ जाइए आप तो हमारे कश्मीरी मिलिटेंट ग्रुप्स हैं ये तो सब ग्रुप्स चल ही रहे हैं आज तक टेररिज्म कहीं खत्म नहीं हुई है टेररिज्म सिर्फ सिमर करती है कभी कम हो जाएगी कभी ऊपर हो जाएगी सिर्फ मिजोरम एक एक्सेप्शनल केस है जब लाल डेंगा ये लोग मिजो नेशनल फ्रंट ने सरेंडर किया पंजाब आल्सो और पंजाब आल्सो दीज आर द टू स्टेट्स जहां की टेररिज्म पूरी खत्म हो गई मैं उन्होंने एक मंत्री स्टेटमेंट तो दसदा पार्लीमेंट च उन्होंने बोलिया फवाद हुसैन ने वो कहंदे आ कि जो भी कोई एहो जिहा मुद्दा खड़ा हुंदा सब तो ज्यादा सफर है जिहड़े पंजाबी ते कश्मीरी करते आ ਇਹਦਾ ਮਤਲਬ ਕੀ ਹੈ ਨਹੀਂ ਪੰਜਾਬੀ ਕਾ ਤੋ ਜੇ ਉਹਨਾਂ ਨੂੰ ਪਤਾ ਹੈਗਾ ਪੰਜਾਬੀ ਤੇ ਕਸ਼ਮੀਰੀ ਸਫਰ ਕਰ ਰਹੇ ਆ ਫਿਰ ਸਾਡੇ ਦੋਨਾਂ ਮੁਲਕਾਂ ਨੂੰ ਜੀ ਪਤਾ ਹੈ ਨਾ ਪੰਜਾਬ ਤੇ ਜੰਮੂ ਕਸ਼ਮੀਰ ਸਰਹੱਦ ਤੇ ਵਸੇ ਹੋਏ ਆ ਨਹੀਂ ਪੰਜਾਬ ਕਾ ਤੋ ਮੇਬੀ ਦੇ ਵਾਂਟ ਟੂ ਵਿਨ ਦ ਸੈਂਟੀਮੈਂਟਸ ਆਫ ਦ ਪੀਪਲ ਹੇਅਰ ਆਫਟਰ ਦੇਅਰ ਓਪਨਿੰਗ ਆਫ ਕਾ ਮਤਲਬ ਸਜੈਸ਼ਨ ਟੂ ਓਪਨ ਦ ਕਰਤਾਰਪੁਰ ਕੋਰੀਡੋਰ ਐਂਡ ਪਲੱਸ ਯੇ ਲੋਗ ਆਪਣਾ ਦੇ ਵਾਂਟ ਟੂ ਅਗੇਨ ਮੇਕ ਇਟ ਕੇ ਖਾਲਿਸਤਾਨ ਕਸ਼ਮੀਰ ਜੈਸੇ ਪਹਿਲੇ ਵੀ ਚਲਾਇਆ ਥਾ ਯੇ ਕਹੀਂ ਐਸੇ ਚੱਕਰ ਮੇ ਨਾ ਹੋ ਉਸ ਸਟੇਟਮੈਂਟ ਦਾ ਮਤਲਬ ਇਹ ਹੈ ਜਹਾਂ ਤੱਕ ਮੇਰਾ ਖਿਆਲ ਹੈ ਇੰਟਰਪ੍ਰੀਟੇਸ਼ਨ ਆਈ ਮੇ ਬੀ ਰੋਂਗ ਇਟ ਇਜ਼ ਲੋਡਡ ਵਿਦ ਪੋਲੀਟੀਕਲ ਸੈਂਟੀਮੈਂਟ ਨਹੀਂ ਨਹੀਂ ਇਹ ਤੇ ਫੈਕਟ ਹੈਗਾ ਤੁਸੀਂ ਜਾ ਕੇ ਹੁਣ ਜਾ ਕੇ ਦੇਖ ਲਓ ਉੱਥੇ ਕੀ ਹਾਲਤ ਹੈ ਲੋਕਾਂ ਨੇ ਆਪਣਾ ਸਮਾਨ ਚੁੱਕ ਕੇ ਬਾਹਰ ਜਾਣਾ ਸ਼ੁਰੂ ਕਰਤਾ ਬਿਲਕੁਲ ਹੀ ਸਾਡਾ ਪੰਜਾਬ ਦਾ ਹਿੱਸਾ ਹੀ ਨਹੀਂ ਲੱਗਦੇ ਬਾਰਡਰ ਦੇ ਪਿੰਡ ਕੱਚੇ ਆ ਟੱਠੇ ਹੋਏ ਆ ਨਿਆਣੇ ਪੜ੍ਹਦੇ ਨਹੀਂ ਸਕੂਲ ਕੋਈ ਉੱਥੇ ਹੈ ਨਹੀਂ ਬਹੁਤ ਬੈਕਵਰਡ ਰਹਿ ਗਏ ਆ ਤੇ ਤੁਸੀਂ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਸਾਡੇ ਦੇ ਉੱਤੇ ਜਿਹੜਾ ਕੋਈ ਇਸ ਗੱਲ ਦਾ ਨਹੀਂ ਹੈ ਮੇਰਾ ਖਿਆਲ ਆਪਾਂ ਸਫ਼ਰ ਕਰਦੇ ਹਾਂ ਹਮੇਸ਼ਾ ਕਰਦੇ ਹਾਂ ਹੁਣ ਵੀ ਸਾਨੂੰ ਸਭ ਤੋਂ ਵੱਧ ਚਿੰਤਾ ਤੇ ਸਾਨੂੰ ਪਾਠਕ ਜੀ ਪੰਜਾਬੀਆਂ ਤੇ ਕਸ਼ਮੀਰੀਆਂ ਨੂੰ ਜ਼ਿਆਦਾ ਸਫ਼ਰ ਕਰਨਾ ਪੈਂਦਾ ਹੈਗਾ ਪੰਜਾਬੀ ਨਹੀਂ ਉਹ ਤਾਂ ਇਸ ਲਈ ਸਟੇਟਮੈਂਟ ਹੋਗਾ ਦੈਟ ਮੇ ਬੀ ਅ ਹਿੰਟ ਕਿ ਅਗਰ ਲੜਾਈ ਕੇ ਟਾਈਮ ਮੈਂ ਉਹੀ ਉਹ ਉਹਦਾ ਮਤਲਬ ਇਹੀ ਸੀ ਮਤਲਬ ਟੈਰਰਿਜ਼ਮ ਲੜਾਈ ਕੇ ਟਾਈਮ ਮੈਂ ਤੋ ਹੋ ਗਈ ਬਹੁਤ ਕੁਛ ਮਤਲਬ ਮੁਹੰਮਦ ਖਾਲਿਦ ਹੁਣ ਤੁਸੀਂ ਵੀਕੇ ਸਿੰਘ ਹਰਾ ਦਾ ਟਵੀਟ ਵੀ ਪੜਿਆ ਹੋਗਾ ਉਧਰੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਟੇਟਮੈਂਟ ਵੀ ਆ ਰਹੀਆਂ ਹੈਗੀਆਂ ਨਵਜੋਤ ਸਿੰਘ ਸਿੱਧੂ ਦੀਆਂ ਸਟੇਟਮੈਂਟ ਵੀ ਆ ਰਹੀਆਂ ਹੈਗੀਆਂ ਇਹਦਾ ਮਤਲਬ ਕੀ ਹੈਗਾ ਵੀਕੇ ਸਿੰਘ ਕਹਿੰਦੇ ਆ ਕਿ ਜਿਹੜੇ ਹੋਰ ਅਸੀਂ ਵੀ ਉਹਨਾਂ ਦੇ ਜੰਗੀ ਕੈਦੀ ਪਹਿਲਾਂ ਛੱਡੇ ਹੋਏ ਆ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹੈਗੇ ਆ ਕਿ ਉਹਨਾਂ ਨੂੰ ਹੋਰ ਵੀ ਜਿਹੜੇ ਉੱਥੋਂ ਕੈਦੀ ਰਿਲੀਜ਼ ਕਰਨੇ ਚਾਹੀਦੇ ਹੈ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਸ਼ਾਂਤੀ ਆ ਸੁਨੇਹਾ ਨਵਜੋਤ ਸਿੰਘ ਸਿੱਧੂ ਵੀ ਦਿੰਦੇ ਹੈਗੇ ਆ ਇਹ ਸਾਰੀ ਜਿਹੜੀ ਸਿਆਸਤ ਹੈਗੀ ਆ ਕਿਸ ਪੇਜ ਤੇ ਸਟੈਂਡ ਕਰਦੀ ਹੈਗੀ ਆ ਕਿ ਉਹ ਨਾਲੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਥੋੜਾ ਜਿਹਾ ਕਾਂਗਰਸ ਵੀ ਪਾਸੇ ਹਟਦੀ ਦਿਖਾਈ ਦਿੰਦੀ ਹੈ ਕਹਿੰਦੇ ਇਸ ਵਕਤ ਦੇਸ਼ ਪਹਿਲਾਂ ਦੇਖੋ ਇੱਦਾਂ ਨਵਜੋਤ ਸਿੰਘ ਸਿੱਧੂ ਦਾ ਤਾਂ ਇੱਕ ਕੰਸਿਸਟੈਂਟ ਸਟੈਂਡ ਹੈਗਾ ਸ਼ੁਰੂ ਤੋਂ ਹੀ ਕਿ ਬਾਤਚੀਤ ਹੋਣੀ ਚਾਹੀਦੀ ਹੈ ਔਰ ਮੈਂ ਕਹਿਣਾ ਮੈਂ ਵੀ ਇਹ ਕਹਿਣਾ ਕਿ ਬਾਤਚੀਤ ਹੋਣੀ ਚਾਹੀਦੀ ਹੈ ਜਿੱਥੇ ਤੱਕ ਸਵਾਲ ਹੈਗਾ ਕਿ ਸੀਐਮ ਕੀ ਕਹਿ ਰਹੇ ਹੈ ਜਾਂ ਵੀਕੇ ਸਿੰਘ ਕੀ ਕਹਿ ਰਹੇ ਹੈ ਵੀਕੇ ਸਿੰਘ ਦਾ ਟਵੀਟ ਇਹੀ ਹੈ ਰਿਗਾਰਡਿੰਗ ਜਿਹੜਾ ਤੁਹਾਡਾ ਇਹ ਅਭਿਨੰਦਨ ਦੇ ਬਾਰੇ ਵੀ ਹੈ ਔਰ ਜਿਹੜਾ 1949 ਦਾ ਆਪਣਾ ਜਨੇਵਾ ਸਮਝੌਤਾ ਹੈਗਾ ਉਹਦੇ ਬਾਰੇ ਉਹ ਜਨੇਵਾ ਸਮਝੌਤੇ ਦੇ ਮੁਤਾਬਕ ਤਾਂ ਹਰ POW ਟ੍ਰੀਟ ਕੀਤਾ ਜਾਂਦਾ ਜਿਹੜੇ ਵੀ ਕਿਉਂਕਿ ਉਹ ਬਾਈਂਡਿੰਗ ਹੈ ਉਹਦੇ ਪਰ ਸਾਰੇ ਸਿਗਨੇਟਰੀ ਹੈ ਤੇ ਫਿਰ ਤਾਂ ਕਈ POW ਹੈਗੇ ਆ ਅੱਛਾ ਮੁਹੰਮਦ ਖਾਲਿਦ ਉਹਨਾਂ ਦਾ ਕੀ ਬਣੂਗਾ ਸੁਣੋ ਇੱਕ ਮਿੰਟ ਪਾਕਿਸਤਾਨ ਨੇ ਜਿਹੜਾ ਇਹ ਕੁਇਕਲੀ ਇਹ ਕੀਤਾ ਹੈਗਾ ਕਿਉਂਕਿ ਉਹਨੂੰ ਡਿਲੇ ਕਰ ਸਕਦੇ ਦੇ ਕੁਡ ਹੈਵ ਈਜ਼ੀਲੀ ਡਨ ਇਟ ਮਹੀਨਾ 15 ਦਿਨ 2 ਮਹੀਨੇ ਕਰ ਸਕਦੇ ਸੀਗੇ ਲੇਕਿਨ ਦੇ ਹੈਵ ਈਜ਼ੀਲੀ ਡਨ ਇਟ ਇਹ ਇੱਕ ਬਹੁਤ ਅੱਛੀ ਗੱਲ ਹੈ ਔਰ ਇਹਦੇ ਨਾਲ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇਹਦੇ ਨਾਲ ਤੁਰੰਤ ਡੀਐਸਕੇਲੇਸ਼ਨ ਹੋਏਗੀ ਔਰ ਡੀਐਸਕੇਲੇਸ਼ਨ ਦੇ ਵਿੱਚ ਇਹਦਾ ਇੰਪੋਰਟੈਂਟ ਰੋਲ ਹੋਏਗਾ ਇਹ ਇੱਕ ਆਸਪੈਕਟ ਹੈਗਾ ਦੂਸਰਾ ਆਸਪੈਕਟ ਹੈਗਾ ਕਿ ਲੌਂਗ ਰਨ ਦੇ ਵਿੱਚ ਕੀ ਕਰਨਾ ਲੌਂਗ ਰਨ ਦੇ ਵਿੱਚ ਪੋਸੀਬਿਲਿਟੀ ਤਦੀ ਬਣ ਸਕਦੀ ਹੈ ਅਗਰ ਸਿਵਲੀਅਨ ਗਵਰਨਮੈਂਟ ਪਾਕਿਸਤਾਨ ਦੀ ਔਰ ਆਰਮੀ ਜਿਹੜੀ ਹੈਗੀ ਹੈ ਉਹਨਾਂ ਦੀ ਇੱਕ ਸੁਰ ਹੋਵੇ ਇਹ ਨਹੀਂ ਹੈ ਵੀ ਕ੍ਰੋਸ ਪਰਪਜ਼ ਨਾਲ ਕੰਮ ਕਰਨ ਅਗਰ ਉਹ ਕ੍ਰੋਸ ਪਰਪਜ਼ ਨਾਲ ਕੰਮ ਕਰਦੇ ਆ ਫਿਰ ਤਾਂ ਉਹੀ ਜੋ ਹੋ ਰਿਹਾ ਉਹੀ ਹੁੰਦਾ ਰਹੇਗਾ ਗਵਰਨਮੈਂਟ ਤੇ ਉਹਦੇ ਨਾਲ ਪਾਕਿਸਤਾਨ ਦੀ ਆਰਮੀ ਸੇਮ ਪੇਜ ਤੇ ਖੜੀ ਹੋ ਹਾਂ ਉਹ ਸੇਮ ਪੇਜ ਤੇ ਖੜੀ ਹੋਣੀ ਚਾਹੀਦੀ ਹੈ ਜੈਨੂਇਨਲੀ ਤਾਂ ਹੀ ਹੋ ਸਕਦਾ ਅਗਰ ਉਹ ਦੋਨੇ ਅਲੱਗ ਅਲੱਗ ਹੈ ਔਰ ਕਥਨੀ ਔਰ ਕਰਨੀ ਡਿਫਰੈਂਟ ਹੈ ਫਿਰ ਜਿਹੜਾ ਹੈਗਾ ਇਹ ਜੋ ਕੁਝ ਹੋ ਰਿਹਾ ਇਸੇ ਤਰੀਕੇ ਦੇ ਨਾਲ ਹੁੰਦਾ ਰਹੇਗਾ ਠੀਕ ਹੈ ਪੀ ਇੱਕ ਮਿੰਟ ਉਹ ਜੋ ਜੈਨੇਵਾ ਕਨਵੈਨਸ਼ਨ ਦੀ ਬਾਤ ਕਰ ਰਹੇ ਤੇ ਖਾਲਿਦ ਸਾਹਿਬ हम जेनेवा कन्वेंशन तक की लिमिट रखे हुए हैं बट एक हमारा सर्विल एग्री बायलेटरल एग्रीमेंट है पाकिस्तान के साथ ठीक है कि अगर हमारा ट्रूप स्ट्रे कर जाते हैं तो इमीडिएटली वापस किया जाएगा अभी 3 साल पहले एक हमारा हैप्टर क्रॉस क्रैश लैंड कर गया था पायलट और वो 4 घंटे में वापस कर दिए अभी दिसंबर में लास्ट ईयर
30 बलूच का एक जेसीओ और एक सिपाही पंजाब के कहीं सेक्टर में, फिरोजपुर सेक्टर में क्रॉसओवर कर गया था, विद इन 4 आवर्स वी रिटर्न्ड हिम बैक. वो स्ट्रे की बात, 48 घंटे में कर रहे हैं, इफ यू स्ट्रे इनटू, तो ये भी स्ट्रे ही देखा जाए बिकॉज़ देयर इज नो वॉर. अभी कोई एक्ट ऑफ वॉर तो नहीं, कई एक्सपर्ट तक कहते हैं जो लड़ाकू जहाज उड़न लग पे मतलब जंग लग गई है. नहीं नहीं वो बात नहीं, वो केड़े एक्सपर्ट है, देखो जंग तो नहीं, इट्स वॉर हैज टू बी डिक्लेयर्ड है जी, जंग करना नहीं, फिर बहुत बहुत मेनस्ट्रीम मीडिया ਦੇ ਵਿੱਚ ਤੁਹਾਡੇ ਐਕਸਪਰਟ ਉੱਥੇ ਬੈਠੇ ਸੀ, ਮੈਂ ਤਾਂ ਸਮੇਂ ਸੁਣ ਕੇ ਡਰ ਗਿਆ, ਮੈਂ ਇਸ ਰੱਦੀ ਖੇਤਰਾਂ ਦੇ ਨਾਲ ਰਹਿੰਦੇ ਆ, ਮੈਨੂੰ ਤਾਂ ਲੱਗਿਆ ਮੈਂ ਕਿਹਾ ਉਹਨਾਂ ਨੇ ਜੰਗ ਲਾਦੀ, ਸਾਨੂੰ ਪਤਾ ਨਹੀਂ ਲੱਗਿਆ. ਨਹੀਂ ਇਹ ਤਾਂ ਦੇਖੀਏ ਉਹਨੇ ਆਪਣੇ ਹਵਾਈ ਜਹਾਜ ਭੇਜੇ, ਹਮਨੇ ਉਨਕੋ ਵਾਪਸ ਕਰ ਦਿਆ. ਫਿਰ ਜੰਗ ਤਾਂ ਨਹੀਂ ਲੱਗੀ ਨਾ, ਇਹ ਕਿ ਜੰਗ ਲੱਗੀ ਜੰਗ ਤਾਂ ਹੈ ਹੀ ਨਹੀਂ ਨਾ, ਇਹ ਕਿਉਂ ਕਹਿੰਦੇ ਆ ਜੰਗ ਜਾਂ ਦਾ ਰੌਲਾ ਕਿਉਂ ਪਾਉਂਦੇ ਪਿਆ? ਜਸਟ ਏਅਰ ਇੰਟਰੂਜਨ, ਐਮ ਆਈ ਰਾਈਟ ਸਰ? ਯੈਸ, ਇਟ ਇਜ਼ ਜਸਟ ਏਨ ਏਅਰ ਇੰਟਰੂਜਨ ਵਿਚ ਹੈਜ਼ ਬੀਨ refuted. ਇੱਕ ਦੂਜੇ ਨੂੰ ਸੰਕੇਤਕ ਭਾਸ਼ਾ ਵਿੱਚ ਸਮਝਾਇਆ ਗਿਆ, ਮੈਸੇਜ ਮੈਸੇਜ ਇੱਕ ਤਰ੍ਹਾਂ ਦੀ ਸਿਗਨਲਿੰਗ ਜ਼ਿਆਦਾ ਹੋਈ ਹੈਗੀ ਆ. ਠੀਕ ਹੈ, ਦੈਟ ਇਜ਼ ਮੋਰ ਇੰਪੋਰਟੈਂਟ ਦੈਨ ਦਾ ਸਿਗਨਲਿੰਗ, ਇੱਕ ਇਸ ਤੋਂ ਅੱਗੇ ਵੀ ਐਸਕੇਲੇਸ਼ਨ ਹੋ ਸਕਦੀ ਹੈ. ਠੀਕ ਹੈ, ਅਭਿਨੰਦਨ ਤੋਂ ਅੱਗੇ ਕੀ ਅਸੀਂ ਸਵਾਲ ਇਹੀ ਕਰੇ, ਬ੍ਰੇਕ ਤੋਂ ਵਾਪਸ ਆ ਰਹੇ ਹਾਂ. ਸਵਾਲ ਬਹੁਤ ਸਾਰੇ ਹੈਗੇ ਆ ਸਾਡੇ ਮਨ ਦੇ ਵਿੱਚ, ਉਹਨਾਂ ਸਵਾਲਾਂ ਦੇ ਜਵਾਬ ਮਿਲਣੇ ਚਾਹੀਦੇ ਹੈਗੇ ਆ, ਪਰ ਜੇ ਜਵਾਬ ਮਿਲਣਗੇ ਤਾਂ ਉਸ ਜਵਾਬ ਤੋਂ ਅੱਗੇ ਹੋਵੇਗਾ ਕੀ? ਸਵਾਲ ਇਹੀ ਅਭਿਨੰਦਨ ਤੋਂ ਅੱਗੇ ਹੋਵੇਗਾ ਕੀ? ਬ੍ਰੇਕ ਤੋਂ ਵਾਪਸ ਆ ਰਹੇ, ਆਖਰੀ ਹਿੱਸੇ ਵਿੱਚ ਹੋਵਾਂਗੇ. ਸਵਾਲ ਇੱਕ ਪੁੱਛ ਰਹੇ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਦਹਿਸ਼ਤਗਰਦੀ ਦੇ ਖਾਤਮੇ ਲਈ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਰਣਨੀਤੀ ਕਾਮਯਾਬ ਹੋਵੇਗੀ? ਮੁਹੰਮਦ ਖਾਲਿਦ, ਇਸ ਸਵਾਲ ਦਾ ਜਵਾਬ ਦੇ ਦਿਓ, ਨਾਲ ਇੱਕ ਮੇਰਾ ਸਵਾਲ ਹੋਰ ਹੈਗਾ. ਇਮਰਾਨ ਖਾਨ ਨੇ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਖੜ੍ਹ ਕੇ ਐਲਾਨ ਕੀਤਾ, ਹਾਲਾਂਕਿ ਉਹ ਬੈਠ ਕੇ ਸੀ, ਉਸ ਤੋਂ ਬਾਅਦ ਦੁਬਾਰਾ ਖੜ੍ਹੇ ਹੁੰਦੇ ਆ ਕਿ ਮੈਂ ਇੱਕ ਗੱਲ ਭੁੱਲ ਗਿਆ, ਵੈਸੇ ਗੱਲ ਭੁੱਲਣ ਵਾਲੀ ਹੈ ਨਹੀਂ ਸੀ, ਸਾਰੇ ਸਵਾਲ ਚੁੱਕਦੇ ਪਏ ਆ, ਪਰ ਜਦੋਂ ਪਾਕਿਸਤਾਨ ਦੇ ਸੋਸ਼ਲ ਮੀਡੀਆ ਦੇ ਵਿੱਚ ਗੱਲ ਤੁਰ ਰਹੀ ਹੈਗੀ ਆ ਕਿ ਇਮਰਾਨ ਖਾਨ ਨੂੰ ਹੁਣ ਨੋਬੇਲ ਪੀਸ ਅਵਾਰਡ ਦੇਣਾ ਚਾਹੀਦਾ ਹੈਗਾ? ਨਹੀਂ ਨਹੀਂ, ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈ. ਇੱਕ ਨੋਬਲ ਇੱਕ ਜੈਸਚਰ ਤਾਂ ਹੈ, ਇਹ ਤਾਂ ਕੋਈ ਡਿਨਾਈ ਨਹੀਂ ਕਰਦਾ, ਔਰ ਇਸ ਚੀਜ਼ ਦੀ ਅੱਛੀ ਗੱਲ ਹੈ ਕਿ ਉਹਨਾਂ ਨੇ ਇਹ ਕੰਮ ਕੀਤਾ ਹੈਗਾ, ਜਿਹੜਾ ਸਾਡਾ ਪਾਇਲਟ ਜਿਹੜਾ ਸੀਗਾ ਉਹਨੂੰ ਵਾਪਸ ਭੇਜਿਆ, ਇਹਦੇ 'ਚ ਤਾਂ ਅੱਛੀ ਗੱਲ ਹੈ. ਲੇਕਿਨ ਇਮਰਾਨ ਖਾਨ ਦੀ ਜਿਹੜੀ ਵਿਡੰਬਨਾ ਹੈਗੀ ਹੈ, ਉਹੀ ਹੈਗੀ ਹੈ ਜਿਹੜੀ ਕਿ ਉੱਥੇ ਦੇ ਬਾਕੀ ਪ੍ਰਧਾਨ ਮੰਤਰੀਆਂ ਦੀ ਵੀ ਰਹੀ ਹੈ. ਆਪਾਂ ਸਭ ਨੂੰ ਪਤਾ ਇਮਰਾਨ ਖਾਨ ਜਿਹੜਾ ਸੱਤਾ ਦੇ ਵਿੱਚ ਆਇਆ ਉੱਥੇ, ਉਹ ਆਰਮੀ ਦੀ ਕੋਵਿਡ ਸਪੋਰਟ ਨਾਲ, ਓਵਰਡ ਅਤੇ ਕੋਵਿਡ ਦੋਨੇ ਸਪੋਰਟਸ ਜਿਹੜੇ ਸੀਗੀਆਂ ਇਮਰਾਨ ਖਾਨ ਦੇ ਨਾਲ ਸੀਗੀਆਂ. ਇਮਰਾਨ ਖਾਨ ਤਾਂ ਜਿੱਤਿਆ ਹੈਗਾ ਕਿਉਂਕਿ ਉਹ ਚਾਹੁੰਦੇ ਸੀਗੇ ਕਿ ਨਵਾਜ਼ ਸ਼ਰੀਫ ਜਾਂ ਹੋਰ ਜਿਹੜੇ ਪੋਲੀਟੀਸ਼ਨ ਉਹਨਾਂ ਨੂੰ ਪਾਸੇ ਕਰਕੇ ਇਹਨੂੰ ਚਾਂਸ ਦਿੱਤਾ ਜਾਵੇ, ਐਂਡ ਉਹਨਾਂ ਦਾ ਕੋਈ ਕੁਇਡ ਪ੍ਰੋਕੋ ਹੋਇਆ, ਗੱਲ ਕਿਵੇਂ ਹੋਈ ਹੈ, ਉਹਦੀ ਵਜ੍ਹਾ ਕਰਕੇ ਸਾਰਾ ਕੁਛ ਹੋਇਆ. ਲੇਕਿਨ ਜਿਹੜਾ ਇਮਰਾਨ ਖਾਨ ਨੇ ਇਹ ਫੈਸਲਾ ਲਿੱਤਾ, ਜਾਂ ਉੱਥੇ ਦੀ ਆਰਮੀ ਨੇ, ਜਾਂ ਉੱਥੇ ਦੀ ਡੀਪ ਸਟੇਟ ਨੇ, ਜਾਂ ISI ਨੇ ਉਹਨੂੰ ਹਰੀ ਝੰਡੀ ਦਿੱਤੀ ਕਿ ਹਾਂ ਠੀਕ ਹੈ ਛੱਡ ਦਿਓ, ਉਹਦੇ ਪਿੱਛੇ ਇੰਟਰਨੈਸ਼ਨਲ ਡਿਪਲੋਮੇਸੀ, ਟਰੈਕ ਟੂ ਡਿਪਲੋਮੇਸੀ ਦਾ ਬੜਾ ਇੰਪੋਰਟੈਂਟ ਰੋਲ ਹੈਗਾ. ਆਪਾਂ ਇਸ ਚੀਜ਼ ਨੂੰ ਨਾ ਭੁੱਲੀਏ ਕਿ ਸਾਰਾ ਕੁਛ ਹੋਣ ਤੋਂ ਪਹਿਲਾਂ ਟਰੰਪ ਨੇ ਉੱਥੋਂ ਕਹਿਤਾ ਸੀਗਾ ਕਿ ਇੱਕ ਵਧੀਆ ਮੈਸੇਜ ਇੰਡੀਆ ਪਾਕਿਸਤਾਨ ਤੋਂ ਆਉਣ ਵਾਲਾ. ਉਹਨਾਂ ਨੂੰ ਕਿਵੇਂ ਪਤਾ ਸੀ? ਕਹਿਣ 'ਤੇ ਛੱਡਿਆ? ਨਹੀਂ ਨਹੀਂ, ਅਫਕੋਰਸ ਅਮੈਰੀਕਾ ਦਾ ਇਹਦੇ ਵਿੱਚ ਇਨਵੋਲਵਮੈਂਟ ਹੈ, ਚਾਹੇ ਥੋੜ੍ਹੀ ਹੈ ਚਾਹੇ ਜ਼ਿਆਦਾ, ਕਿਸ ਲੈਵਲ 'ਤੇ ਹੈ ਇਹ ਤਾਂ ਆਪਾਂ ਨੂੰ ਨਹੀਂ ਪਤਾ. ਲੇਕਿਨ ਡੈਫੀਨੇਟਲੀ ਜਦ ਟਰੰਪ ਇਹ ਗੱਲ ਕਹਿ ਰਿਹਾ ਇਹ ਸਾਰੇ ਸਿਚੁਏਸ਼ਨ ਤੋਂ ਪਹਿਲਾਂ ਕਿ ਹਾਂਜੀ ਉਹ ਬੜੀ ਅੱਛੀ ਖਬਰ ਆਉਣ ਵਾਲੀ ਹੈ, ਤਾਂ ਇਹਦਾ ਮਤਲਬ ਹੈਗਾ ਕਿ ਉੱਥੋਂ ਸਾਰਾ ਪ੍ਰੈਸ਼ਰ ਪੈ ਰਿਹਾ. ਦੇਖੋ, ਅਮੈਰੀਕਾ ਜਿਹੜਾ ਹੈਗਾ ਇਸ ਵੇਲੇ ਫਸਿਆ ਹੋਇਆ ਸਾਊਥ ਏਸ਼ੀਆ ਦੇ ਵਿੱਚ. ਇੱਕ ਪਾਸੇ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਵਾਸਤੇ ਉਹਨਾਂ ਨੂੰ ਡੋਰ ਚਾਹੀਦਾ, ਉਹਦੇ ਵਾਸਤੇ ਪਾਕਿਸਤਾਨ ਹੈਲਪ ਕਰ ਰਿਹਾ ਤਾਲਿਬਾਨ ਨਾਲ ਬਦਲ ਨਾਲ. ਇੱਧਰ ਇੰਡੀਆ ਨੂੰ ਛੱਡ ਨਹੀਂ ਸਕਦਾ ਕਿਉਂਕਿ ਐਡੀ ਵੱਡੀ ਮਾਰਕੀਟ ਜਿਹੜੀ ਹੈਗੀ ਹੈ ਉਹਨੂੰ ਕੋਈ ਵੀ ਬੰਦਾ ਆਸਾਨੀ ਨਾਲ ਆਪਣੇ ਹੱਥੋਂ ਜਾਣ ਨਹੀਂ ਦੇਗਾ. ਔਰ ਸਾਡੀ ਸਟ੍ਰੈਟਜਿਕ ਪਾਰਟਨਰਸ਼ਿਪ ਜਿਹੜੀ ਹੈਗੀ ਆ ਇਜ਼ਰਾਈਲ ਅਮੈਰੀਕਾ ਦੇ ਨਾਲ ਕਾਫੀ ਜ਼ਿਆਦਾ ਅੱਗੇ ਵੱਧ ਚੁੱਕੀ ਹੈ, ਖਾਸ ਤੌਰ ਪਰ ਜਿਹੜੀ ਟੈਰਰਿਜ਼ਮ ਦੇ ਅਗੇਂਸਟ ਵਰਲਡ ਵਾਈਡ ਲੜਾਈ ਚੱਲ ਰਹੀ ਹੈ. ਔਰ ਜਿਹੜਾ ਇੱਕ ਨਵਾਂ ਜਿਹੜਾ ਇੱਥੇ ਬਣ ਰਿਹਾ ਹੈਗਾ ਨੈਕਸਸ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹਦੇ ਵਿੱਚ ਜਪਾਨ ਹੈ, ਆਸਟ੍ਰੇਲੀਆ, ਵੀਅਤਨਾਮ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਬੇਸਿਕਲੀ ਤੁਸੀਂ ਕਹਿਣਾ ਚਾਹ ਰਹੇ ਹੋ, ਇਸ ਕਰਕੇ ਮੈਂ ਅਸੀਂ ਇਸ ਜੇ ਥੋੜਾ ਜਿਹਾ ਮੱਠਾ ਹੋਇਆ ਕੰਮ ਇਹਦੇ ਵਿੱਚ ਵਪਾਰ ਦਾ ਇਹਦੇ ਵਿੱਚ ਆਫਕੋਰਸ ਹਰ ਚੀਜ਼ ਇੰਪੋਰਟੈਂਟ ਰੋਲ ਪਲੇ ਕਰਦੀ ਹੈ. ਇਹਦੇ ਵਿੱਚ ਇਕਨੋਮੀ ਬਹੁਤ ਵੱਡਾ ਫੈਕਟਰ ਹੈ, ਬਹੁਤ ਵੱਡਾ ਫੈਕਟਰ ਹੈ. ਕੋਈ ਵੀ ਕੰਟਰੀ ਜਿਹੜਾ ਹੈਗਾ ਸੇਨ ਐਲੀਮੈਂਟ ਜਿਹੜਾ ਹੈਗਾ ਇੱਕ ਮੈਚਿਓਰ ਲੀਡਰਸ਼ਿਪ ਇਸ ਚੀਜ਼ ਨੂੰ ਅੱਖੋਂ ਵੱਲੋਂ ਨਹੀਂ ਕਰ ਸਕਦੀ, ਖਾਸ ਤੌਰ ਪਰ ਵਰਲਡ ਲੈਵਲ 'ਤੇ. ਔਰ ਉਹ ਦੋ ਪਾਵਰ ਜਿਹੜੀਆਂ ਕਿ ਨਿਊਕਲੀਅਰ ਆਰਮਡ ਪਾਵਰਸ ਹੈ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਖੁੱਲ੍ਹੀ ਛੂਟ ਨਹੀਂ ਦਿੱਤੀ ਜਾ ਸਕਦੀ ਕਿ ਵਰਲਡ ਦੇ ਸਾਰਾ ਮਾਹੌਲ ਖਰਾਬ ਕਰ ਦੇਣ. ਠੀਕ ਹੈ, ਮੈਂ ਇੱਕ ਸਵਾਲ ਹੋਰ ਲੈਣਾ ਮੁਹੰਮਦ ਖਾਲਿਦ, ਹਾਂ ਬੋਲੋ ਬੋਲੋ ਤੁਸੀਂ ਲੈ ਲਓ. ਜਿਵੇਂ ਆਪਣੇ ਪ੍ਰੋਫੈਸਰ ਖਾਲਿਦ ਸਾਹਿਬ ਨੇ ਦੱਸਿਆ ਕਿ ਇਕਨੋਮਿਕਸ, ਇਕਨੋਮਿਕਸ ਤੋਂ ਅੱਗੇ, ਔਰ ਤੁਸੀਂ ਪਹਿਲਾਂ ਵੀ ਇੱਕ ਸਵਾਲ ਪੁੱਛਿਆ ਸੀਗਾ ਕਿ ਪਾਕਿਸਤਾਨ ਕਹਿੰਦਾ ਅਮਰੀਕਾ ਸਾਡੇ ਨਾਲ ਆ, ਸਾਰੇ ਦੇਸ਼ ਸਾਡੇ ਨਾਲ ਹੈਗੇ, ਬਿਲਕੁਲ ਰੂਸ ਵੀ ਕਹਿ ਰਿਹਾ, ਸਾਊਦੀ ਅਰਬ ਵੀ ਕਹਿ ਰਿਹਾ, ਜਿਹੜੇ ਦੇਸ਼ ਨੇ ਉਹ ਸਿਰਫ ਆਪਣੇ ਪਰਸਨਲ ਆਪਣੇ ਨੈਸ਼ਨਲ ਇੰਟਰਸਟ ਦੇ ਨਾਲ ਨੇ, ਨਾ ਕਿ ਪਾਕਿਸਤਾਨ ਇੰਡੀਆ ਦੇ ਨਾਲ ਨੇ. ਕੋਈ ਕਿਸੇ ਦੇ ਨਾਲ ਨਹੀਂ ਹੈਗਾ, ਉਹ ਆਪਣੇ ਸਾਰੇ ਉਹਨਾਂ ਦੇ ਆਪਣੇ ਨੈਸ਼ਨਲ ਨਿੱਜੀ ਹਿੱਤ ਹੈ ਸਾਰਿਆਂ ਦੇ, ਸਾਰੇ ਨਿੱਜੀ ਹਿੱਤ ਜਿੱਥੇ ਆਪਣਾ ਨੈਸ਼ਨਲ ਇੰਟਰਸਟ ਹੁੰਦਾ, ਜਿੱਥੇ ਸਰਵ ਹੁੰਦਾ ਡੀ ਐਸਕੇਲੇਸ਼ਨ ਦੇ ਨਾਲ, ਉਹਨਾਂ ਦਾ ਅਮਰੀਕਾ ਸਾਹਿਬ, ਬਾਕੀ ਸਭ ਕੰਟਰੀਆਂ ਦਾ ਆਪਣਾ ਨੈਸ਼ਨਲ ਇੰਟਰਸਟ
ਸਰ ਹੁੰਦਾ ਹੈਗਾ ਇਹਦਾ ਮਤਲਬ ਚੀਮਾ ਸਾਹਿਬ ਥੋੜ੍ਹਾ ਜਿਹਾ ਮੈਨੂੰ ਹੋਰ ਸਮਝਾ ਦਿਓ ਇਹਦਾ ਮਤਲਬ ਇਹ ਹੋਇਆ ਕਿ ਇਸ ਲਈ ਭਾਰਤ ਪਾਕਿਸਤਾਨ ਵਧੇਰੇ ਤੌਰ 'ਤੇ ਆਹਮੋ ਸਾਹਮਣੇ ਐਂ ਖੜੇ ਹੋ ਜਾਂਦੇ ਆ ਸਾਡਾ ਮੀਡੀਆ ਵੀ ਐਂ ਖੜਾ ਹੋ ਜਾਂਦਾ ਕਿ ਬਾਕੀਆਂ ਨੇ ਸਾਨੂੰ ਰੋਕ ਹੀ ਲੈਣਾ ਹੁੰਦਾ ਨੈਸ਼ਨਲ ਇੰਟਰਸਟ ਹੈਗੇ ਇਹਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਨਹੀਂ ਇਹ ਤਾਂ ਮੈਂ ਨਹੀਂ ਕਹਿੰਦਾ ਸਭ ਦਾ ਬਿਜ਼ਨਸ ਇੰਟਰਸਟ ਹੈ ਵੀ OIC ਦਾ ਵੀ ਦੇਖੀਏ ਮਿਸਟਰ ਖਾਲਿਦ ਵਿਲ ਐਗਰੀ ਵਿਦ ਮੀ ਸੁਸ਼ਮਾ ਸਵਰਾਜ ਕੋ ਗੈਸਟ ਆਫ ਆਨਰ ਇਸ ਟਾਈਮ ਬੁਲਾਇਆ ਪਹਿਲੇ ਵੀ ਪ੍ਰੈਜ਼ੀਡੈਂਟ ਜੋ ਫਕਰੂਦੀਨ ਅਲੀ ਅਹਿਮਦ ਥੇ ਉਨਕੋ ਇਨਵਾਈਟ ਦਿਆ ਗਿਆ ਥਾ ਪਾਕਿਸਤਾਨ ਥ੍ਰੈਟਨਡ OIC ਦੈਟ ਵੀ ਵਿਲ ਨਾਟ ਬੀ ਅ ਮੈਂਬਰ ਤੋ ਉਨਕੋ ਵਾਪਸ ਆਨਾ ਪੜਾ ਆਧੇ ਰਾਸਤੇ ਸੇ ਐਂਡ ਇਸ ਟਾਈਮ ਦੇਖੀਏ ਜੋ OIC ਹੈ ਇਟ ਇਜ਼ ਆਫ ਅਬਾਊਟ 46-47 ਨੇਸ਼ਨ ਵਿਚ ਹੈਜ਼ ਗੋਟ ਅ ਪਾਪੂਲੇਸ਼ਨ ਆਫ 1.9 ਬਿਲੀਅਨ ਪੀਪਲ ਔਰ ਹਮਾਰੇ ਪਾਸ ਇੰਡੀਆ ਮੇਂ 185 ਮਿਲੀਅਨ ਮੁਸਲਿਮਸ ਹੈ ਐਂਡ ਪਲੱਸ ਜੋ 47 ਕੰਟਰੀਜ਼ ਆਪ ਕਟਾਰ ਲੈ ਲੀਜੀਏ ਟਰਕੀ ਲੈ ਲੀਜੀਏ UAE ਲੈ ਲੀਜੀਏ ਉਨਕੇ ਬਿਜ਼ਨਸ ਇੰਟਰਸਟ ਇੰਡੀਆ ਮੇਂ ਜ਼ਿਆਦਾ ਹੈ ਵਿਜ਼ਾਵੀ ਪਾਕਿਸਤਾਨ ਤੋ ਦੈਟ ਇਜ਼ ਵਾਈ ਜਬ ਕੁਰੇਸ਼ੀ ਨੇ ਬੋਲਾ ਕਿ ਸਵਰਾਜ ਆਏਗੀ ਸੁਸ਼ਮਾ ਜੀ ਆਏਗੀ ਤੋ ਆਈ ਵੋਂਟ ਕਮ ਸੋ ਦੇ ਠੀਕ ਹੈ ਮਤਲਬ ਦੇਖੋ ਗਏ ਨਹੀਂ ਨਾ ਉਸਨੇ ਬੰਦਾ ਭੇਜਾ ਇਸ ਟਾਈਮ ਪਾਕਿਸਤਾਨ ਕਾ ਸੁਣਾ ਨਹੀਂ ਅਦਰਵਾਈਜ਼ ਪਹਿਲੇ ਜਬ ਬਿਜ਼ਨਸ ਇੰਟਰਸਟ ਨਹੀਂ ਥੇ ਇਹਦਾ ਮਤਲਬ ਡਿਪਲੋਮੈਟਿਕ ਤੌਰ ਤੇ ਪਾਕਿਸਤਾਨ ਨੂੰ ਥੋੜਾ ਜਿਹਾ ਸਾਈਡ ਲਾਈਨ ਕਰਨ ਚ ਭਾਰਤ ਕਾਮਯਾਬ ਹੋਇਆ OIC ਵਾਲੇ ਮਾਮਲੇ ਮਤਲਬ ਇਟ ਇਜ਼ ਅ ਮਾਰਕੀਟ ਨਾਓ ਇਹਦੇ ਵਿੱਚ ਦੋਨੇ ਚੀਜ਼ਾਂ ਹੈਗੀਆਂ ਜਿਹੜੇ ਹੁਣ ਕੂਟਨੀਤਿਕ ਆ ਉਹ ਸਟਰੋਂਗ ਤਾਂ ਹੀ ਹੁੰਦੀ ਹੈ ਜੇ ਤੁਹਾਡੀ ਇਕਨੋਮਿਕਸ ਤੇ ਮਿਲਟਰੀ ਸਟਰੋਂਗ ਹੋਵੇ ਠੀਕ ਹੈ ਤੇ ਉਹਨਾਂ ਲਈ ਸਟਰੋਂਗ ਸਟਰੈਂਥ ਮਿਲਟਰੀ ਔਰ ਇਕਨੋਮਿਕ ਸਟਰੈਂਥ ਜ਼ਰੂਰੀ ਹੈ ਡਿਪਲੋਮੈਸੀ ਪ੍ਰਸਮ ਜੀ ਸੇ ਪ੍ਰਸਮ ਜੀ ਜਿਹੜੀ ਇਹ ਜਿਹੜਾ ਅਭਨੰਦਨ ਵਾਲਾ ਮਾਮਲਾ ਹੈਗਾ ਮੈਂ ਥੋੜਾ ਜਿਹਾ ਉਹਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਜਿਹੜਾ ਕੁਲਭੂਸ਼ਣ ਯਾਦਵ ਵਾਲਾ ਮਾਮਲਾ ਹੈਗਾ ਕਿ ਪਾਕਿਸਤਾਨ ਇਸ ਮਾਮਲੇ ਨੂੰ ਅਭਿਨੰਦਨ ਵਾਲੇ ਮਾਮਲੇ ਨੂੰ ਕੁਲਭੂਸ਼ਣ ਯਾਦਵ ਦੇ ਮਾਮਲੇ 'ਚ ਵਰਤ ਸਕਦਾ ਕਿ ਨਹੀਂ ਮੇਰਾ ਖਿਆਲ ਉਹ ਬਿਲਕੁਲ ਅਲੱਗ ਹੈਗਾ ਆ ਉਹ ਉਹਨੂੰ ਇਸ ਨਾਲ ਜੋੜ ਕੇ ਦੇਖਣਾ ਚਾਹੀਦਾ ਕਿ ਨਹੀਂ ਚਾਹੀਦਾ ਮੇਰਾ ਤੇ ਖਿਆਲ ਦੇਖੋ ਜੇ ਤੁਸੀਂ ਕਹੋ ਕਿ ਲੋਕਾਂ ਦੇ ਦਬਾਅ ਥੱਲੇ ਤੇ ਫਿਰ ਉਹਦੇ ਤੇ ਦਬਾਅ ਕਿਉਂ ਨਹੀਂ ਹਾਂ ਇਸ ਕਰਕੇ ਮੈਂ ਇਹੀ ਗੱਲ ਨੂੰ ਫਿਰ ਕੁਲਭੂਸ਼ਣ ਯਾਦਵ ਦਾ ਮਾਮਲਾ ਹੁਣ ਹੋਰ ਹਾਈ ਪਿਚ ਤੇ ਇੰਡੀਆ ਨੂੰ ਉਠਾਉਣਾ ਪਵੇਗਾ ਬਿਲਕੁਲ ਬਿਲਕੁਲ ਉਹ ਤਾਂ ਉਹ ਹੈ ਇੰਟਰਨੈਸ਼ਨਲ ਹਾਇਆ ਹੋਇਆ ਹੀ ਹੈ ਇੱਕੋ ਹੀ ਗੱਲ ਸੀਗੀ ਜਿਹੜੀ ਦੇਖਣ ਵਾਲੀ ਗੱਲ ਹੈਗੀ ਆ ਕਿ ਦੂਜੇ ਕੰਟਰੀ ਜਿਨ੍ਹਾਂ ਨੇ ਆਪਣੇ ਹਥਿਆਰ ਵੇਚਣੇ ਆ ਉਹ ਸਾਡੇ ਦੇਸ਼ ਦੇ ਵਿੱਚ ਲੜਾਈ ਚਾਹੁੰਦੇ ਆ ਜਾਂ ਸ਼ਾਂਤੀ ਚਾਹੁੰਦੇ ਆ ਜਾਂ ਸਾਡੇ ਦੇਸ਼ ਨਾਲ ਹੀ ਦੋਸਤੀ ਚਾਹੁੰਦੇ ਸਾਡੇ ਦੇਸ਼ਾਂ ਦੇ ਵਿਚਾਲੇ ਉਹ ਬਿਲਕੁਲ ਦੋਸਤੀ ਨਹੀਂ ਚਾਹੁੰਦੇ ਪਰ ਉਹ ਇਹੋ ਜਿਹੀ ਲੜਾਈ ਨਹੀਂ ਚਾਹੁੰਦੇ ਕਿ ਜਿੱਥੇ ਉਹਨਾਂ ਨੂੰ ਆਪਣੇ ਦੇਸ਼ਾਂ ਨੂੰ ਵੀ ਖਤਰਾ ਨਿਊਕਲੀਅਰ ਵਾਰ ਦਾ ਹੋ ਜਾਏ ਪਰ ਜੇ ਇਹ ਦੇਸ਼ ਇੰਨੀ ਸ਼ਾਂਤੀ ਪਸੰਦ ਹੈਗੇ ਆ ਇੰਨਾ ਹੀ ਸਾਡੇ ਦੇਸ਼ ਦੇ ਵਿੱਚ ਮਿੱਤਰਤਾ ਅਤੇ ਇੱਕ ਦੂਜੇ ਦੇ ਨੇੜੇ ਚਾਹੁੰਦੇ ਆ ਤਾਂ ਸਾਡਾ ਕਸ਼ਮੀਰ ਦਾ ਮਸਲਾ ਕਿਉਂ ਨਹੀਂ ਹੱਲ ਕਰਦੇ ਉਹ ਬੇਸਿਕ ਜੜ ਨੂੰ ਹੀ ਖਤਮ ਕਰ ਦਿਓ ਨਾ ਉਹ ਇਹ ਬਾਂਸ ਨਾ ਵੱਜੇ ਬੰਸਰੀ ਉਹ ਕਦੀ ਨਹੀਂ ਕਰਨੇ ਉਹ ਕਦੀ ਨਹੀਂ ਕਰਨੇ ਔਰ ਇਹਨੂੰ ਹਮੇਸ਼ਾ ਹੌਟ ਸਪੌਟ ਰਹਿਣਗੇ ਤੁਸੀਂ ਚਾਹੁੰਦੇ ਹੋ ਇੰਡੀਆ ਪਾਕਿਸਤਾਨ ਦੇ ਵਿਚਾਲੇ ਕਸ਼ਮੀਰ ਦੇ ਇਸ਼ੂ ਤੇ ਕੋਈ ਹੋਰ ਕੰਟਰੀ ਆ ਕੇ ਬੈਠੇ ਉਹਨੂੰ ਪਹਿਲਾਂ ਖਬਰ ਚੱਲਗੀ ਉਹਨਾਂ ਨੂੰ ਨਹੀਂ ਪਤਾ ਕਿੰਨਾ ਇੱਥੇ ਲੋਕਾਂ ਦਾ ਘਾਣ ਹੋ ਰਿਹਾ ਕਿੰਨਾ ਹਿਊਮਨ ਰਾਈਟਸ ਦਾ ਰੋਜ਼ ਉੱਥੇ ਸਟੇਟਮੈਂਟਾਂ ਆਉਂਦੀਆਂ ਪਰ ਇਸ ਮਾਮਲੇ ਦੇ ਵਿੱਚ ਡਿਪਲੋਮੇਸੀ ਪ੍ਰੈਸ ਕਿਉਂ ਨਹੀਂ ਪਾਇਆ ਜਾਂਦਾ ਮੇਰਾ ਇੱਕ ਪੁਆਇੰਟ ਹੈ ਜੋ ਹਮ ਲੋਗ ਕਸ਼ਮੀਰ ਕੋ ਲੈ ਕੇ ਮੇਬੀ ਐਵਰੀਵਨ ਡਿਸਐਗਰੀਜ਼ ਵਿਦ ਮੀ ਕਸ਼ਮੀਰ ਕਾ ਆਪ ਕਸ਼ਮੀਰ ਪੂਰਾ JNK ਕੋ ਲਈ ਹੈ ਬਿਕੋਜ਼ ਜੋ ਹਮਾਰਾ ਜੋ ਇੰਸਟਰੂਮੈਂਟ ਆਫ ਐਕਸੈਸ਼ਨ ਸਾਈਨ ਹੁਆ ਹੈ ਵੋ ਪੂਰਾ JNK ਕੇ ਸਾਥ ਹੈ ਕਸ਼ਮੀਰ ਇੱਕ ਛੋਟਾ ਸਾ ਹਿੱਸਾ ਹੈ ਅਭੀ ਹਮ ਮਿਲਟੈਂਸੀ ਜਾਂ ਇੰਸਰਜੈਂਸੀ ਕੀ ਬਾਤ ਕਰਤੇ ਹੈ ਜੈਸੇ ਖਾਲਿਦ ਸਾਹਿਬ ਨੇ ਕਹਾ ਕਿ ਉਹ ਬੱਚੇ ਕਿਉਂ ਸੁਸਾਈਡ ਬੰਬਰ ਬਣ ਰਹੇ ਹਮਨੇ ਐਡਰੈਸ ਕਰਨਾ ਚਾਹੀਏ ਆਪ ਮੁਝੇ ਬਤਾਈਏ ਮੈਂ ਤਾਂ ਬੋਲੂੰਗਾ ਵੀ ਨਹੀਂ ਕਿ ਮਿਲਟੈਂਸੀ ਹੈ ਕਸ਼ਮੀਰ ਕੀ ਜੋ 2011 ਕਾ ਜੋ ਸੈਂਸਸ ਹੈ ਉਸਕੀ ਪਾਪੂਲੇਸ਼ਨ ਹੈ ਅਬਾਊਟ 59 ਲੱਖ ਠੀਕ ਹੈ 59 ਲੱਖ ਮੇ ਸੇ ਗੁੱਜਰ ਪਹਾੜੀ ਔਰ ਇੱਕ ਔਰ ਹੈ ਬੱਕਰਵਾਲ ਉਹ ਬਣਤੇ ਹੈ 12 ਲੱਖ ਉਹ ਤਾਂ ਪ੍ਰੋ ਇੰਡੀਆ ਹੈ ਹੀ ਅਗਰ ਕੱਲ੍ਹ ਪਲੈਬੀਸਾਈਡ ਵੀ ਹੋਤਾ ਉਹ ਹਮੇ ਹੀ ਵੋਟ ਕਰੇਂਗੇ ਅਬ ਆਪ 59 ਸੇ ਕਾਟੀਏ ਬਚੇ 45 ਮੇ ਸੇ ਦੇਖੀਏ ਜੋ ਓਪੀਨੀਅਨ ਮੇਕਰਸ OGWs ਹਾਬਰਰ ਫਾਈਨੈਂਸ਼ੀਅਰ ਇਹ 30-40 ਹਜ਼ਾਰ ਸੇ ਜ਼ਿਆਦਾ ਨਹੀਂ ਹੋਗੇ ਔਰ 200-300 ਮਿਲੀਟੈਂਟ ਜੋ ਬਾਰ ਬਾਰ ਆਤੇ ਰਹਿਤੇ ਹੈ ਆਪ ਅਗਰ ਉਸਕੇ 45 ਸੇ ਆਪ ਇਨਕੋ ਮਾਈਨਸ ਕਰੇਂਗੇ ਅਰਥਮੈਟਿਕਲੀ ਆਪ ਦੇਖੇਂਗੇ ਕਿ ਜਸਟ 42 ਲੱਖ 41 ਲੱਖ ਹੈ ਪਲੈਬੀਸਾਈਟ ਹੋ ਜਾਣਾ ਚਾਹੀਏ ਫਿਰ ਆਪਕੇ ਮੁਤਾਬਕ ਨਹੀਂ ਆਪ ਪਲੈਬੀਸਾਈਟ ਜਾ ਮੈਂ ਤਾਂ ਰਿਸਕ ਲੈ ਲੂੰਗਾ ਬਿਕੋਜ਼ ਆਪ ਜੰਮੂ ਦੀ ਪਾਪੂਲੇਸ਼ਨ ਦੇਖੀਏ ਔਰ ਲੱਦਾਖ ਦੀ ਨਹੀਂ ਬਾਟੇ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਸਮਝਾ ਰਹੇ ਹੋ ਦੇਖੋ ਇਹਨਾਂ ਦਾ ਰੈਫਰੈਂਡਮ ਕਰਾਉਣਾ ਤਾਂ ਬਹੁਤ ਸੌਖਾ ਹੈ ਮੈਂ ਜਿਸਾ ਨਾਲ ਤੁਸੀਂ ਸਮਝਾ ਰਹੇ ਹੋ ਦੇਖੋ ਪਾਪੂਲੇਸ਼ਨ ਦੇਖੀਏ ਨਾ ਆਪ ਆਪ ਪਾਪੂਲੇਸ਼ਨ ਪ੍ਰੋਫਾਈਲ ਸੇ ਦੇਖੀ ਮੈਂ ਪਹਿਲੇ ਵੀ ਬੋਲਾ ਮੈਂ ਵੀ ਰੋਂਗ ਕਰਵਾ ਦੋ ਦੇਖੋ ਐਸਾ ਹੈ ਸਜੈਸਟ ਕਰੋ ਗੌਰ ਨਹੀਂ ਬਾਟੇ ਸਾਹਿਬ ਐਸਾ ਹੈ ਅਗਰ ਇਤਨੀ ਆਸਾਨ ਬਾਤ ਹੈ ਤਾਂ ਵਾਈ ਕਸ਼ਮੀਰ ਐਂਡ ਵੈਲੀ ਸਪੈਸ਼ਲੀ ਇਜ਼ ਦਾ ਹਾਈਲੀ ਮਿਲਟਰਾਈਜ਼ਡ ਜ਼ੋਨ ਇਨ ਦਾ ਵਰਲਡ ਜੋ ਪਲੈਬਿਸਾਈਟ ਕੀ ਬਾਤ ਹੈ ਵਿਲ ਪਾਕਿਸਤਾਨ ਖਾਲੀ ਕਰੇਗਾ POK ਅਕਸ਼ਰ ਵਾਪਸ ਕਰੇਗਾ ਕਦੀ ਕਰੇਗਾ ਗਿਲਗਿਟ ਬਲਟਿਸਤਾਨ ਵਿਲ ਬੀ ਕੰਬਾਈਨਡ ਵਹਾਂ ਪਰ ਚਾਈਨਾ ਕੇ ਇੰਟਰਸਟ ਆ ਗਏ ਹੈ ਵਹਾਂ ਪਰ ਪਾਕਿਸਤਾਨ ਜਬ ਤੱਕ ਪਾਕਿਸਤਾਨ ਕੀ ਵੀ ਤਾਂ ਬਾਤ ਕਰੀਏ ਨਾ ਉਹ ਵੀ ਤਾਂ ਤਿਆਰ ਹੋ ਪੂਰਾ
अगर पाकिस्तान नू डील करन दे विच ते मतलब कि अगर तुसी पाकिस्तान नू डील करन दे विच नाल अपना इलेक्शन दा बखेड़ा भी विच लेके आना है ओदी भी ओदा भी ओ करना हैगा ता फेर ता साडी भी सिंसेरिटी प्रॉपर नहीं है सिंगल पॉइंट उना दी सिंगल पॉइंट विदाउट एनी जिहड़ा डिफरेंट तरीके दे नाल इस्तेमाल कीता जांदा है उस चीज दी बजाय अगर पाकिस्तान नाल बाइलैटरली डायरेक्ट कीता जावे विदाउट एनी थर्ड पार्टी अगर बिच आएगी थर्ड पार्टी अपना इंटरेस्ट नाल लेके आएगी इस करके थर्ड असी थर्ड पार्टी कदे भी लेके नहीं आवांगे ये बाइलैटरली होना चाहिए बाइलैटरली होएगा जब चलो बहुत धन्यवाद मोहम्मद खाली तुहाडा चीमा साहब तुहाडा बहुत धन्यवाद विपन पाठक जी तुसीं बड़ी महत्वपूर्ण जानकारी दी तुहाडा भी बहुत धन्यवाद रसमनजीत सिंह तुहाडा भी बहुत धन्यवाद बहुत कुछ बदलने वाला है जिहड़ी इन्हां ने कहा कि सिंगल पॉइंट ते गलबात होवे दोनों मुल्कां दे विचाले जदों आपस विच आमो सामने बैठणगे तो फिर कुछ निकल सकदा है पर जदों वार वार ये गल इत्थों कही जावे कि गोली ते बोली इकट्ठे नहीं चल सकते है कि फिर सवाल उत्थे आ के रुक जांदा है पर सवाल जे रुक गया तो फिर मसले हल नहीं होणगे सवाल चुकने लाजमी है कि 12 साल तो जस पंजाबी तुहाडी सेवा विच लग्या होया कोशिश कर रहे हैं कि हर मुद्दे नूं संजीदगी नाल तुहाडे अगे रखा जाए मेरी आवाज़ अज थोड़ी खराब आ रही है तुहाडे सामने गला खराब है पर मेरी नीत नहीं खराब मैं तुहाडे लई हमेशा खड़ूंगा बहुत धन्यवाद।